ਗੁਰੂ ਵਾਹਿਗੁਰੂ ਬੰਧਨ ਅਨਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਨਾਨਕ ਦੇ ਕਰ ਹੱਥ ਅਗੰਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਨਕ ਬੋਲੇ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਜ ਦਾ ਹੁਕਮ ਆਓ ਜੀ ਪੜ੍ਹ ਕੇ ਆਏ ਹਮਰੀ ਗਣਤ ਆਪਣਾ ਕਈ ਵਾਰ ਇਹ ਬੇਨਤੀ ਕੀਤੀ ਵੀ ਤੁਰੇ ਤੁਰੇ ਜਾਂਦੇ ਹਾਂ ਕਿਸੇ ਨੂੰ ਠੇਡਾ ਵੱਜੇ ਅਤੇ ਉਹ ਸਾਰੀ ਉਮਰ ਯਾਦ ਰਹਿੰਦਾ ਵੀ ਇੱਥੇ ਕੁ ਮੈਨੂੰ ਬੋਲੋ ਇੱਥੇ ਕਾਣ ਕੇ ਮੈਨੂੰ ਠੇਡਾ ਲੱਗ ਗਿਆ ਸੀ ਸਿੱਖਾ ਅੱਜ ਦੇ ਹੁਕਮਨਾਮੇ 'ਚੋਂ ਵੀ ਕੁਝ ਥੋੜ੍ਹਾ ਜਿਹਾ ਚੇਤਾ ਅੱਗੇ ਆ ਥੋੜ੍ਹਾ ਇੱਥੇ ਉਹ ਲਿਖਣ ਵਾਲੀ ਬਾਣੀ ਇੱਥੇ ਅੱਜ ਦਾ ਸ਼ਬਦ ਬਹੁਤ ਗਹਿਰਾ ਹੈ ਆਖੋ ਵਾਹਿਗੁਰੂ ਗੱਜ ਕੇ ਬੋਲੋ
ਅੱਗੇ ਹੋ ਜਾਓ ਥੋੜ੍ਹਾ। ਅੱਜ ਚੇਤਾ ਕਰੀ ਵੀ ਜੋ ਤੂੰ ਸੋਚ ਕੇ ਬੈਠਾ ਇਸ ਸ਼ਬਦ ਦਾ ਅਰਥ ਉਹ ਨਹੀਂ ਗਾ। ਜਦੋਂ ਸਿੱਖ ਗੁਰੂ ਅੱਗੇ ਅਰਦਾਸ ਕਰਦਾ ਅਤੇ ਆਪਣੀਆਂ ਭਾਵਨਾ 'ਚੋਂ ਇਹ ਕਹਿੰਦਾ ਵੀ ਸਤਿਗੁਰੂ ਸਾਡੀ ਗਿਣਤੀ ਨਾ ਕਰਿਓ, ਇਹੋ ਹੀ ਅਰਥ ਹੈ? ਇਹ ਸੋਚਦੇ ਹੋ? ਆਖੋ ਵਾਹਿਗੁਰੂ। ਅੱਜ ਥੋੜ੍ਹਾ ਜਿਹਾ ਠੇਡਾ ਵੱਜਣ ਦੀ, ਜੋ ਤੂੰ ਸੋਚਦਾ ਉਹ ਅਰਥ ਨਹੀਂ, ਆਖੋ ਵਾਹਿਗੁਰੂ, ਗੱਜ ਕੇ ਬੋਲੋ। ਤੁਸੀਂ ਵੇਖਿਓ, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪੱਪਾ ਛੱਛੇ ਨੂੰ ਕੰਨਾ ਅਤੇ ਨਾਣੇ ਨੂੰ ਸਿਆਰੀ ਆ। ਜੇ ਤੁਹਾਡੇ ਵਾਲਾ ਅਰਥ ਹੁੰਦਾ ਤਾਂ ਫਿਰ ਨਾਣੇ ਨੂੰ ਸਿਆਰੀ ਨਹੀਂ ਸੀ ਆਉਣੀ। ਇਹਨੂੰ ਮੈਂ ਕਹੂੰਗਾ ਬੱਚੇ ਨੂੰ, ਜੇ ਉੱਤੇ ਆ ਜਾਏ ਆਖੋ ਵਾਹਿਗੁਰੂ, ਬੱਚੇ ਬੋਰਡ 'ਤੇ ਆ ਜਾਏ। ਸਿੱਖਾ ਥੋੜ੍ਹਾ ਜਿਹਾ ਚੇਤਾ ਰੱਖੀ, ਕਈ ਵਾਰ ਆਪਾਂ ਆਪਣੀ ਮਨ ਮਰਜ਼ੀ ਨਾਲ ਹੀ ਸੋਚਦੇ ਹਾਂ ਵੀ ਅਰਥ ਇਹ ਹੋਣਗੇ, ਤੂੰ ਸਮਰੱਥ ਵੱਡਾ, ਉੱਚੀ ਬੋਲੋ, ਤੂੰ ਥੋੜ੍ਹੀ ਰਹੋ, ਥੋੜ੍ਹੀ ਬੁੱਧੀ ਹੈ। ਅਤੇ ਅਸੀਂ ਸੋਚਦੇ ਹਾਂ ਵੀ ਅਸੀਂ ਗੁਰੂ ਸਾਹਿਬ ਨੂੰ ਕਹਿੰਦੇ ਹਾਂ, ਜੇ ਕਹਿਣਾ ਪਿਆ ਤਾਂ ਗੁਰੂ ਕਾਹਦਾ ਨਹੀਂ ਬਦਲ, ਜੇ ਕਹਿਣਾ ਹੀ ਪਿਆ ਵੀ ਸਾਡੇ ਔਗਣ ਗਰੀਬ ਨਿਵਾਜ ਪਾਤਸ਼ਾਹ ਨਾ ਚਿਤਾਰਿਓ, ਵੀ ਅਸੀਂ ਅਰਦਾਸ ਕਰਦੇ ਹਾਂ, ਅਸੀਂ ਅਰਦਾਸ ਕਰਦੇ ਹਾਂ ਵੀ ਹਮਰੀ ਗਣਤ ਆਪਣਾ, ਉਹ ਵੇਖ ਲਓ ਛੱਛੇ ਪੱਪਾ ਛੱਛੇ ਨੂੰ ਕੰਨਾਂ ਅਤੇ ਨਾਣੇ ਨੂੰ ਸਿਆਰੀ, ਇਹ ਕਹਿੰਦੀ ਆ ਵੀ ਉਹ ਐਡਾ ਦਿਆਲੂ ਕਿਰਪਾਲੂ ਵਾਹਿਗੁਰੂ ਆ, ਉਹ ਸਾਡੀ ਗਿਣਤੀ ਕਰਦਾ ਹੀ ਨਹੀਂ, ਉਹਦਾ ਸੁਭਾਅ ਹੈ। ਜਿਹੜਾ ਆਪਣਾ ਬਿਰਧ ਹੈ ਨਾ, ਬਿਰਧ, ਬਿਰਧ ਦਾ ਅਰਥ ਹੈ ਸੁਭਾਅ, ਉਸ ਵਾਹਿਗੁਰੂ ਦਾ ਐਡਾ ਪਵਿੱਤਰ ਸੁਭਾਅ ਹੈ ਵੀ ਜਿਹੜਾ ਉਹਦਾ ਦਾਸ ਬਣ ਗਿਆ ਨਾ ਦਾਸ, ਉਹਦੇ ਫਿਰ ਉਹ ਲੇਖੇ ਜੋਖੇ। ਬੋਲੋ ਇੱਕ ਵਾਰ ਫਿਰ, ਮੈਨੂੰ ਪਤਾ ਲੱਗੇ ਵੀ ਤੁਹਾਨੂੰ ਕਿਹਨੂੰ ਕਿਹਨੂੰ ਪਤਾ ਲੱਗ ਗਿਆ, ਥੋੜ੍ਹਾ ਜਿਹਾ ਮੈਨੂੰ ਇਸ਼ਾਰਾ ਕਰੋਗੇ? ਅੱਜ ਤੱਕ ਕੀ ਸੀ? ਅੱਜ ਤੱਕ ਤਾਂ ਅਸੀਂ ਇਹ ਸੋਚਦੇ ਸਾਂ ਵੀ ਅਸੀਂ ਤਰਲਾ ਪਾਉਣਾ ਹੈ ਵੀ ਸਤਿਗੁਰੂ ਸਾਡੇ ਗੁਨਾਹ ਚਿਤਾਰਿਓ ਨਾ, ਸਾਡੀ ਗਿਣਤੀ ਕਰਿਓ ਨਾ। ਨਹੀਂ ਨਹੀਂ ਨਹੀਂ, ਉਹ ਬਿਰਧ ਸ਼ਬਦ ਵਿੱਚ ਬਹੁਤ ਕੁਝ ਛੁਪਿਆ ਹੈ। ਬਿਰਧ ਸ਼ਬਦ ਕਹਿੰਦਾ ਉਹਦਾ ਸੁਭਾਅ ਹੀ ਇੰਨਾ ਪਵਿੱਤਰ ਆ ਵੀ ਉਹ ਸਾਡੀ ਗਿਣਤੀ ਕਰਦਾ ਹੀ ਨਹੀਂ। ਹਮਰੀ ਗਣਤ, ਪਤਾ ਲੱਗਾ ਵੀ ਹਮਰੀ, ਹੁਣ ਤੁਸੀਂ ਅੱਜ ਤੋਂ ਪੱਲੇ ਬੰਨ ਲਓਗੇ? ਤੂੰ ਬਈ ਕੈਮਰੇ ਵਾਲਿਆ, ਤੂੰ ਵੀ ਇਹ ਅਰਥ ਕਰਦਾ ਸੀ ਵੀ ਅਸੀਂ ਬੇਨਤੀ ਕਰਦੇ ਹਾਂ ਗੁਰੂ ਨੂੰ ਵੀ ਸਾਡੀ ਮਹਾਰਾਜ ਗਿਣਤੀ ਨਾ ਕਰਿਓ। ਬਾਪੂ ਜੀ ਕਹਿੰਦੇ ਨਹੀਂ ਇਸ ਤਰ੍ਹਾਂ ਨਹੀਂ, ਉਹ ਐਡੇ ਵੱਡੇ ਸੁਭਾਅ ਦਾ ਮਾਲਕ ਹੈ, ਉਹ ਗਿਣਤੀ ਕਰਦਾ ਹੀ ਨਹੀਂ। ਆਖੋ ਵਾਹਿਗੁਰੂ। ਹਮਰੀ ਗਣਤ ਨਾ ਗਣੀਆਂ ਗਾਈ, ਆਪਣਾ ਬਿਰਧ ਪਛਾਣ, ਉਹ ਫਿਰ ਕੀ ਕਰਦਾ ਹੈ? ਹਾਥ ਦੇ ਕਰ ਆਪਣੇ ਆਪਣੇ ਕੋ, ਸਦਾ ਸਦਾ ਰੰਗ ਮਾਣ, ਆਪਣਾ ਹੱਥ ਦੇ ਕੇ ਸੇਵਕ ਦੇ ਸਿਰ 'ਤੇ ਬਚਾਉਂਦਾ ਹੈ।
ਅਤੇ ਸਦਾ ਸਦਾ ਰੰਗ ਮਾਨਣ ਦਾ ਇਹ ਵੀ ਪ੍ਰੇਮ 'ਚ ਉਹ ਗੁੱਝ ਜਾਂਦਾ ਹੈ। ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ। ਅੱਗੇ ਜਾ ਕੇ ਜਦੋਂ ਤੁਸੀਂ ਵੇਖੋਗੇ ਨਾ ਇਸ ਹੁਕਮਨਾਮੇ ਨੂੰ ਅਗਲੀਆਂ ਤੁਕਾਂ 'ਚ ਆਖੋ ਵਾਹਿਗੁਰੂ, ਤੁਹਾਨੂੰ ਪਤਾ ਲੱਗ ਜੂ ਉਹਦੇ ਸੁਭਾਅ ਦਾ, ਸੱਚਾ ਸਾਹਿਬ ਉੱਚੀ ਬੋਲੋ ਵੀ ਜਿਹਨਾਂ ਨੂੰ ਆਉਂਦੀ ਸਦ। ਜਿਹੜਾ ਮਿਹਰਬਾਨ ਹੁੰਦਾ ਹੈ ਨਾ, ਉਹ ਕਿਸੇ ਦੀਆਂ ਗਿਣਤੀਆਂ ਮਿਣਤੀਆਂ ਨਹੀਂ ਕਰਦਾ। ਮੇਰੇ ਬਾਪੂ ਦਾ ਵੀ ਇਹ ਸੁਭਾਅ ਹੈ। ਜਦੋਂ ਤੁਸੀਂ ਇਹ ਸ਼ਬਦ ਪੜ੍ਹਦੇ ਹੋ ਗਈ ਬਹੋੜ, ਅਤੇ ਤੁਸੀਂ ਇਸ ਤਰ੍ਹਾਂ ਪੜ੍ਹਦੇ ਹੋ ਗਈ ਬਹੋੜ ਬਹੋੜ, ਪਾਠ ਆ ਗਈ, ਸਤਿਗੁਰੂ ਨਿੰਦਾ ਚੁਗਲੀ ਕਰਦਿਆਂ ਮੇਰੀ ਸਾਰੀ ਜ਼ਿੰਦਗੀ ਗਈ, ਬਹੁੜ ਬੰਦੀ ਛੋੜ ਨਹੀਂ ਪਤਾ ਲੱਗ। ਅਸੀਂ ਕੀ ਪੜ੍ਹਦੇ, ਗਈ ਬਹੁੜ ਬੰਦੀ ਛੋੜ, ਅਰਥ ਦਾ ਪੀਣਾ ਹੀ ਨਹੀਂ। ਵਿਦਵਾਨਾਂ ਨੇ ਇਹਦਾ ਇਹ ਅਰਥ ਕੀਤਾ ਜਿਨ੍ਹਾਂ ਨੇ ਬਾਣੀ ਨੂੰ, ਇੱਕ ਹੁੰਦੇ ਬਾਣੀ ਪੜ੍ਹਦੇ, ਮਗਰ ਇੱਕ ਆ ਜਿਸ ਪੀਤੀ ਤਿਸ ਮੋਖ ਦੁਆਰ, ਗੁਰ ਕੀ ਬਾਣੀ ਮਿੱਠੀ ਅੰਮ੍ਰਿਤ ਧਾਰ। ਇੱਕ ਵਾਰ ਬੋਲੋ, ਗੁਰ ਕੀ ਬਾਣੀ, ਗੁਰੂ ਦੀ ਬਾਣੀ ਬੜੀ ਮਿੱਠੀ ਹੈ ਅਤੇ ਅੰਮ੍ਰਿਤ ਦੀ ਧਾਰਾ ਹੈ, ਮਗਰ ਉਸ ਧਾਰਾ ਨੂੰ ਲੋਕਾਂ ਮੱਥਾ 'ਤੇ ਟੇਕਿਆ ਹੈ। ਆਖੋ ਵਾਹਿਗੁਰੂ, ਸੁੰਦਰ ਮਾਲ ਭੇਟ ਕੀਤੇ ਨੇ, ਸੁੰਦਰ ਪਟਾਵਾਂ ਭੇਟ ਕੀਤੀਆਂ ਨੇ, ਮਗਰ ਉਸ ਧਾਰਾ ਦੇ ਵਿੱਚੋਂ ਬੋਲੋ ਪੀਤਾ ਨਹੀਂ। ਉੱਥੇ ਲਿਖਿਆ ਜਿਸ ਪੀਤੀ, ਵੇਖੋ ਕਿੰਨਾ ਸੋਹਣਾ ਬਚਨ, ਜਿਸ ਉਸ ਧਾਰਾ ਨੂੰ ਜਿਹਨੇ ਵਿੱਚੋਂ ਕੁਝ ਪੀਤਾ, ਤਿਸ ਮੋਖ ਦੁਆਰ, ਉਹਦੇ ਮੁਕਤੀ ਦੇ ਦੁਆਰ ਖੁੱਲ੍ਹ ਗਏ। ਅਸੀਂ ਨਹੀਂ ਇਸ ਤਰ੍ਹਾਂ ਕੀਤਾ ਜਿਸ ਤਰ੍ਹਾਂ ਅਸੀਂ ਬਾਣੀ ਨੂੰ ਗੁਰੂ ਸਭੇ ਮੰਨਣਾ ਹੈ, ਸਤਿਕਾਰ ਵੀ ਕਰਨਾ, ਰੁਮਾਲ ਪਛੇਕੇ ਵੀ ਦੇਣੇ, ਆਖੋ ਵਾਹਿਗੁਰੂ, ਮਗਰ ਇੰਨੀ ਗੱਲ ਨੋਟ ਕਰਿਓ, ਲੋੜ ਮੁਤਾਬਕ ਕਮਰਿਆਂ ਦੇ ਕਮਰੇ ਗੜ੍ਹ ਨਾ। ਮੈਂ ਇੱਧਰ ਨਹੀਂ ਜਾਣਾ, ਇਸ਼ਾਰਾ ਮਾਤਰ ਕਿੰਨਾ, ਕਮਰਿਆਂ ਦੇ ਕਮਰੇ ਤੁਹਾਡੇ ਦਿੱਤੇ ਹੋਏ ਪਛਾਕਿਆਂ ਨਾਲ ਗਲਣ ਨਾ ਡਏ ਹੋਣ। ਗਰੀਬ ਬਹੁਤ ਬੈਠੇ ਨੇ, ਕਿਸੇ ਗਰੀਬ ਨੂੰ ਸਵੈਟਰ ਲੈ ਦਿਓਗੇ, ਸਮਝ ਲਓ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਦਿੱਤਾ। ਇਹਨਾਂ ਕੁ ਚੇਤਾ ਰੱਖੀ, ਕਿਸੇ ਗਰੀਬ ਦਾ ਤਨ ਢੱਕ ਦੇਗਾ ਅਤੇ ਸਮਝ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਕੋਲ ਤੇਰੀ ਭੇਟਾ ਚਲੇਗੀ। ਸਾਚਾ ਸਾਹਿਬ ਸਦਮੇ ਰਵਾਨ, ਇੱਥੇ ਵੇਖੋ ਹੁਣ ਨਾਣੇ ਨੂੰ ਸਿਹਾਰੀ ਨਹੀਂ, ਉੱਥੇ ਵੇਖੋ ਨਾਣੇ ਨੂੰ। ਸਾਚਾ ਸਾਹਿਬ ਸਦ ਮਿਹਰਬਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰੇ, ਕਿਰਪਾ ਕੀਤੀ ਮੇਰੇ 'ਤੇ ਅਤੇ ਮੇਰੇ ਔਗਣ ਕਰਨ ਵਾਲੇ ਸੁਭਾਅ ਨੂੰ ਬੰਨ ਪਾ ਦਿੱਤਾ, ਹੋਈ ਸਰਬ ਕਲਿਆਣ। ਹੁਣ ਕਲਿਆਣ ਵੱਲ ਇਸ਼ਾਰਾ ਹੈ ਵੀ ਮੇਰਾ ਭਲਾ ਹੋ ਗਿਆ ਜਿੱਦਣ ਤੋਂ ਉਹਨੇ ਬੰਨ ਪਾ ਦਿੱਤਾ। ਗੁਰੂ ਕਿਹਾ ਸਿੱਖਾ ਵੇਖੀ ਬਾਣੀ ਨੂੰ ਇਸ ਤਰ੍ਹਾਂ, ਅੱਜ ਦਾ ਜਿਹੜਾ ਵਿਸ਼ਾ ਮੈਂ ਵਿਚਾਰਨਾ ਹੈ ਤੁਹਾਡੀ ਕਿਰਪਾ ਦਾ ਸਦਕਾ, ਮੈਂ ਸ਼ਬਦ ਆ ਜਾਂਦਾ ਸਾਰਾ ਕੁਝ ਇਸ ਤਰ੍ਹਾਂ ਹੋ ਗਿਆ ਜੇ ਕੋਈ ਬਣੇ ਹੋਏ ਗੁੜ 'ਤੇ ਮੱਖੀ ਬਹਿ ਗਈ, ਜਦੋਂ ਮੈਂ ਆ ਗਈ ਵਿੱਚ ਵੀ ਮੈਂ ਕਰਨਾ। ਹੁਣ ਭਾਸ਼ਾ ਸਮਝਾਉਣ ਨੂੰ ਕੋਈ ਸ਼ਬਦ ਵਰਤਣਾ ਪੈਣਾ, ਅੱਜ ਦੇ ਸ਼ਬਦ ਦੀ ਜਿਹੜੀ ਆਪਾਂ ਵਿਆਖਿਆ ਕਰਨੀ ਆ, ਦੋ ਤੁਕਾਂ ਪਿਛਲੀਆਂ ਦੇ ਵੀ ਦਰਸ਼ਨ ਕਰ ਲਓ। ਕਹਿਣਾ ਮੈਂ ਇੰਨਾ ਹੀ ਸੀ ਵੀ ਇਹ ਸ਼ਬਦ ਇਸ ਤਰ੍ਹਾਂ ਨਹੀਂ ਗਾ ਵੀ ਅਸੀਂ ਹੱਥ ਜੋੜੇ, ਔਖੀ ਘੜੀ ਨਾ ਦੇਖਣ ਦੇਈ। ਇੱਥੇ ਹੁਣ ਜਦੋਂ ਅਰਦਾਸ ਕਰਨ ਵਾਲਾ ਕਹਿੰਦਾ ਦੇਈ, ਨਹੀਂ ਪਤਾ ਲੱਗਾ, ਧੀ ਇਹ ਲੱਗਾ ਪਤਾ, ਅਨਾਡਸਾ ਵਾਲੀ ਨਾ ਆਉਂਦੀ ਜਿਹੜੀ ਬੱਚੀ, ਪਤਾ ਹੈ ਤੈਨੂੰ ਨਾ ਬਈ ਨਾ ਗੁਰਸਿੱਖਾ, ਉੱਥੇ ਹੀ ਬੜਾ ਆਨੰਦ ਬਣਿਆ ਸੀ। ਆਖੋ ਵਾਹਿਗੁਰੂ, ਉੱਥੇ ਪਹਿਲੇ ਵਾਲੀ ਜਗ੍ਹਾ 'ਤੇ।
ਔਖੀ ਘੜੀ ਦੇਈ ਕਿ ਦੇਈ, ਹਾਂਜੀ ਇੱਥੇ ਵੀ ਉਹਦੇ ਸੁਭਾਅ ਦੀ ਤਸਵੀਰ ਦਿਸਦੀ। ਜੇ ਮੈਂ ਕਹਾਂ ਵੀ ਮੈਨੂੰ ਔਖੀ ਘੜੀ ਨਾ ਦੇਖਣ ਦੇਈ, ਇੱਥੋਂ ਪਤਾ ਲੱਗਾ ਉਹਦਾ ਮੇਰੇ ਨਾਲ ਕੋਈ ਪਿਆਰ ਨਹੀਂ। ਮੈਂ ਕਿਹਾ ਆਖੋ ਵਾਹਿਗੁਰੂ। ਇੱਕ ਬੱਚਾ ਨਿੱਕਾ ਜਿਹਾ ਕਹੇ ਮੰਮੀ ਮੈਨੂੰ ਠੰਡ ਲੱਗਦੀ, ਮੇਰੇ 'ਤੇ ਕੰਬਲ ਪਾ ਦੇ, ਫਿਰ ਮੰਮੀ ਦੀ ਵਿੱਚ ਕੋਈ ਮਮਤਾ ਨਹੀਂ ਕਿ ਮੇਰੇ ਪੁੱਤ ਨੂੰ ਠੰਡ ਨਾ ਲੱਗ ਜਾਏ। ਗੁਰੂ ਦੇ ਸੁਭਾਅ ਨੂੰ ਸਮਝੋ, ਗੁਰੂ ਦਾ ਆਪਣਾ ਹੀ ਇਸ ਤਰ੍ਹਾਂ ਦਾ ਇੱਕ ਪਵਿੱਤਰ ਸੁਭਾਅ ਹੈ। ਉਹ ਆਪਣਾ ਸੇਵਕ ਜਿਹੜਾ ਹੁੰਦਾ ਨਾ, ਉਹਦਾ ਉਹਨੂੰ ਔਖੀ ਘੜੀ ਵੇਖਣ ਦਿੰਦਾ ਹੀ ਨਹੀਂ। ਇਹ ਉਹਦੇ ਸੁਭਾਅ ਦੀ ਗੱਲ ਕੀਤੀ। ਇੱਥੇ ਵੀ ਬਿਰਧ ਦਾ ਸ਼ਬਦ ਆਇਆ, ਆਪਣਾ ਬਿਰਧ ਸੰਭਾਲੇ, ਆਪਣਾ ਸੰਭਾਲੇ ਮੀਨ ਯਾਦ ਰੱਖਦਾ, ਚੇਤਾ ਕਰਿਓ। ਇੰਨੇ ਕੁ ਦਿਨਾਂ ਵਿੱਚ ਚੌਂਕੀਦਾਰ ਦੀਆਂ ਕੁਛ ਬੇਨਤੀਆਂ ਪ੍ਰਵਾਨ ਕਰਿਓ। ਅੱਜ ਆਖਰੀ ਦੀਵਾਨ ਹੈ, ਆਖੋ ਵਾਹਿਗੁਰੂ। ਬਿਰਧ ਮਣੇ ਆਪਣੇ ਸੁਭਾਅ ਨੂੰ ਉਹ ਚੇਤੇ ਰੱਖਦਾ ਹੈ, ਉਹ ਆਪਣੇ ਸੇਵਕ ਨੂੰ ਕਦੀ ਔਖੀ ਘੜੀ ਵੇਖਣ ਦਿੰਦਾ ਹੀ ਨਹੀਂ। ਤੇਰੇ ਨਾਲ ਤਾਂ ਵਾਪਰੀ ਖੰਨਿਆ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵਿੱਚ ਹੋ ਕੇ ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਮਹਿੰਗਾ ਹੋਇਆ। ਇਸ ਗੁਰੂ ਕੇ ਸਿੱਖ ਨੂੰ ਕੋਈ ਕਾਰਜ ਸੀ ਅਤੇ ਅਨੰਦਪੁਰ ਸਾਹਿਬ ਮਹਾਰਾਜ ਦੇ ਆਂਗਨ ਵਿੱਚ ਹੀ ਖਲੋਤੇ ਸਾਂ, ਅਨੰਦਪੁਰ ਸਾਹਿਬ ਤਖ਼ਤ ਸਾਹਿਬ 'ਤੇ। ਮੈਂ ਕਿਹਾ ਕਿੱਡੀ ਕੁ ਦੂਰ ਆ, ਕਿਤੇ ਕਰ ਲੈ ਨਾ ਮੂੰਹ ਉਹਨੂੰ, ਕਹਿ ਨਾ ਉਹਨੂੰ, ਉਹਨੂੰ ਕਹੋ ਨਾ ਮਾਲਕ ਨੂੰ, ਆਖੋ ਵਾਹਿਗੁਰੂ। ਇਤਰਾਂ ਕਰ ਦਿੰਦਾ, ਜਿਹੜੀ ਕੋਈ ਸੰਭਾਵਨਾ ਹੀ ਨਹੀਂ ਸੀ ਵੀ ਇਹ ਗੱਲ ਦਾ ਕਦੀ ਨਿਬੇੜਾ ਹੋ ਜੂ। ਉੱਥੇ ਵਿੱਚ ਕਰਤਾ ਪੁਰਖ ਖਲੋਆ, ਸਿੱਖਾ ਭਰੋਸਾ ਕਰਕੇ ਵੇਖੇ ਤੇ, ਆਖੋ ਵਾਹਿਗੁਰੂ। ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ, ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਮੈਂ ਸਦਾ ਕੁਰਬਾਨ ਜਾਨਾ। ਹੁਣ ਫਿਰ ਆ ਗਿਆ ਆਪਣੇ ਦਾਸ ਕੀ, ਉਹਨੇ ਪੈਜ ਰੱਖ ਲਈ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਹਾਥ ਦੇ ਰਾਖੇ ਆਪਣੇ ਕੋ, ਸਾਸ ਸਾਸ ਪ੍ਰਤ ਪਾਲੇ। ਇਸ ਤਰ੍ਹਾਂ ਦਾ ਵਾ, ਜਿੱਥੇ ਜਿੱਥੇ ਤੂੰ ਜੈਂ ਜੈਂ ਮਨ ਤੂੰ ਧਾਮਦਾ, ਤੈਂ ਤੈਂ ਹਰ ਤੇਰੇ ਨਾਲੇ, ਨਹੀਂ ਪਤਾ ਲੱਗਾ ਖਿੰਡ ਗਿਆ ਸੰਗਤ ਇੰਦਰਜੀਤ ਸਿੰਘ। ਜੈਂ ਜੈਂ ਮਨ ਤੂੰ ਧਾਮਦਾ, ਹੇ ਮੇਰੇ ਮਨਾ ਜਿੱਥੇ ਜਿੱਥੇ ਤੂੰ ਭੱਜਾ ਫਿਰਦਾ, ਧਾਮਦਾ ਮਣੇ ਭੱਜਾ ਫਿਰਦਾ ਹੈ, ਵੇਖ ਉਹ ਤੇਰੇ ਨਾਲ ਤੁਰਿਆ ਫਿਰਦਾ। ਸੋ ਸਤਿਗੁਰ ਪਿਆਰਾ ਮੇਰੇ ਨਾਲ ਆ, ਗੁਰ ਮੇਰੇ ਸੰਗ, ਉਹਦੇ ਸੁਭਾਅ ਨੂੰ ਪਛਾਣ। ਉਹ ਸਿੱਖ ਦੇ ਨਾਲ ਰਹਿੰਦਾ, ਸਤਿਗੁਰ ਸਿੱਖ ਕੀ ਕਰੇ ਸੇਵਕ ਕੋ ਗੁਰ। ਇੱਥੋਂ ਵੀ ਪੜ੍ਹੀ, ਪੜ੍ਹ ਕੇ ਸੁਖਮਨੀ ਸਾਹਿਬ ਨਹੀਂ ਭੱਜਣਾ। ਸਦਾ ਦਿਆਲ ਦਾ ਮਤਲਬ 24 ਘੰਟੇ ਤੂੰ ਸੁੱਤਾ ਹੈ, ਗੁਰੂ ਤੇਰੇ ਕੋਲ ਖਲੋਤਾ ਹੈ। ਇਸ ਸੁਭਾਅ ਨੂੰ ਸਮਝੀ। ਅੱਜ ਵਾਲੇ ਸ਼ਬਦ ਦੀ ਵਿਚਾਰ ਕਰਨ ਤੋਂ ਪਹਿਲਾਂ ਆਓ ਮਾਰੋ ਚੌਂਕੜੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਅੰਮ੍ਰਿਤ ਬਾਣੀ ਨਾਲ ਜੁੜੋ। ਬਹੁਤ ਸਾਰੇ ਭਾਈ ਜਸਵੀਰ ਸਿੰਘ ਜੀ ਖੰਨੇ ਵਾਲੇ, ਸੰਤ ਸਿੰਘ ਜੀ ਮਸਕੀਨ, ਹੋਰ ਜਦੋਂ ਕੋਈ ਰਾਗੀ ਢਾਡੀ ਪ੍ਰਚਾਰਕ ਮਹਾਂਪੁਰਸ਼ ਜਾਂਦਾ ਹੈ, ਇਹ ਸ਼ਬਦ ਅਕਸਰ ਪੜ੍ਹਦੇ ਨੇ, ਜਿਹਦੀ ਅੱਜ ਵਿਆਖਿਆ ਹੁਕਮ ਹੋਇਆ ਵੀ ਕਰਨੀ ਆ। ਬਾਬਾ ਬੋਲਤੇ ਤੇ ਇਸ ਸ਼ਬਦ ਨੂੰ ਅਸੀਂ ਬੜੀ ਨੀਵੀਂ ਸੋਚ ਨਾਲ ਪੜ੍ਹਿਆ। ਸ਼ਬਦ ਇਹ ਨਹੀਂ ਸੀ ਕਹਿੰਦਾ, ਸ਼ਬਦ ਇਹ ਨਹੀਂ ਸੀ ਕਹਿੰਦਾ
ਇਤਰਾ ਹੀ ਜਿਤਨਾ ਆਹ ਸ਼ਬਦ ਨੂੰ ਆਪਾਂ ਕਹਿੰਦੇ ਹਾਂ ਅਮਰੀ ਗਣਤਨਾ ਗਣੀਆਂ ਕਹਿ ਵੀ ਆਪਣੀ ਬੁੱਧੀ ਨਾਲ ਉਹਦੇ ਅਰਥ ਕਰ ਲਏ। ਇਤਰਾ ਹੀ ਇਹ ਕਰਕੇ ਜਿੱਦਣ ਭਾਈ ਜਸਵੀਰ ਸਿੰਘ ਜੀ ਗਏ, ਸੰਤ ਸਿੰਘ ਜੀ ਮਸਕੀਨ ਗਏ, ਸਵੇਰ ਤੋਂ ਲੈ ਕੇ ਸ਼ਾਮ ਤੱਕ ਹਰਿਮੰਦਰ ਸਾਹਿਬ ਜਿਹੜਾ ਰਾਗੀ ਬੈਠੇ ਬਾਬਾ ਬੋਲਤੇ ਅਤੇ ਕਹਾਂ ਗਏ, ਉੱਤੇ 'ਚ ਇੱਕ ਸ਼ਬਦ ਆਇਆ ਕਥਾ ਵਾਰਤਾ ਕਰਤੇ, ਉਸ ਕਥਾ ਨੂੰ ਚੁੱਕ ਲਿਆ। ਨਹੀਂ ਪਤਾ ਲੱਗਾ ਜੀ ਗੁਰੂ ਕੇ ਸਿੱਖ, ਉਹਦੇ ਵਿੱਚੋਂ ਇੱਕ ਸ਼ਬਦ ਚੁੱਕ ਲਿਆ ਅਕਸ਼ਰ ਕਥਾ, ਅਤੇ ਜੋੜ ਦਿੱਤਾ ਉਹਦੇ ਨਾਲ ਵੀ ਮਸਕੀਨ ਜੀ ਕਥਾ ਕਰਦੇ ਸੀ, ਭਾਈ ਜਸਵੀਰ ਸਿੰਘ ਜੀ ਕਥਾ ਕਰਦੇ ਸੀ, ਵਿਆਖਿਆ ਕਰਦੇ ਸੀ। ਫਿਰ ਸਾਰਾ ਦਿਨ ਸ਼ਬਦ ਚੱਲਿਆ, ਕਈ ਦਿਨ ਚੱਲਿਆ। ਅੱਜ ਸਿੱਖਾ ਦਰਸ਼ਨ ਕਰੀ, ਇਸ ਸ਼ਬਦ ਦਾ ਕਿਸੇ ਦੇ ਆਉਣ ਜਾਣ ਨਾਲ ਕੋਈ ਲੈਣਾ ਦੇਣਾ ਨਹੀਂ। ਇਹ ਸਾਡੀ ਬੁੱਧੀ ਦਾ ਨਿਕਲਿਆ ਹੈ। ਸਾਡੀ ਬੁੱਧੀ ਗੁਰਬਾਣੀ ਪ੍ਰਤੀ ਜਿਸ ਤਰ੍ਹਾਂ ਦੀ ਹੈ, ਉਹਦਾ ਇੱਕ ਸ਼ਰੇਆਮ ਐਸਾ ਜਲੂਸ ਨਿਕਲਣ ਵਾਲੀ ਕਹਾਣੀ ਆ ਵੀ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਸ਼ਬਦ ਪੜ੍ਹਦੇ ਰਹੇ। ਕਿ ਮਸਕੀਨ ਸਾਹਿਬ ਨੂੰ ਕਿਹਾ ਵੀ ਕਥਾ ਵਾਰਤਾ ਕਰਤੇ, ਅੱਜ ਸ਼ਬਦ ਦੇ ਦਰਸ਼ਨ ਕਰਿਓ, ਜਰਾ ਚੌਂਕੜੇ ਮਾਰੋ, ਪਹਿਲੋਂ ਸੁੱਚਾ ਕਰੀਏ ਭਾਂਡਾ, ਗੁਰੂ ਰਾਮਦਾਸ ਸਰ 'ਤੇ ਹੱਥ ਰੱਖੇ ਤੁਹਾਡੇ ਅਤੇ ਮੇਰੇ 'ਤੇ, ਵਾਹਿਗੁਰੂ ਸੁਰਤ ਨੂੰ ਹਾਜ਼ਰ ਰੱਖ, ਵਿੱਚੋਂ ਭੱਜ ਨਾ ਜਾਏ। ਚੜ੍ਹਦੀ ਕਲਾ 'ਚ ਰਹੋ, ਚੜ੍ਹਦੀ ਕਲਾ 'ਚ ਤੋਂ ਨੀਚੋ ਚੁੱਕੋ, ਗੁਰੂ 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 ਗੁਰੂ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਜਿਹੜਾ ਆਪਾਂ ਸ਼ਬਦ ਪੜ੍ਹਿਆ ਨਾ, ਥੋੜ੍ਹਾ ਧਿਆਨ ਦਿਓ। ਗਈ ਵੋ ਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ, ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ। ਅੱਗੇ ਅਕਸ਼ਰ ਆਇਆ ਨਾਮ ਪਰਿਓ ਭਗਤ ਗੋਬਿੰਦ ਕਾ। ਥੋੜ੍ਹਾ ਜਿਹਾ ਖੋਲ੍ਹ ਲਈਏ, ਇਹ ਦੋ ਚਾਰ ਪੰਜ ਕੁੰਡੀਆਂ ਇਹੋ ਜਿਹੀਆਂ, ਜਦੋਂ ਤੁਸੀਂ ਪੜ੍ਹਨ 'ਚ ਹੀ ਵਿਸ਼ਵਾਸ ਕਰੋਗੇ ਫਿਰ ਤਾਂ ਨਹੀਂ ਖੁੱਲ੍ਹਣੀਆਂ। ਜੇ ਵਿਚਾਰਨ 'ਚ ਵਿਸ਼ਵਾਸ ਕਰੋਗੇ ਫਿਰ ਕੁੰਡੀ ਖੁੱਲੂਗੀ ਅਤੇ ਅਰਥ ਸਾਹਮਣੇ ਆਉਣੇ। ਆਖੋ ਵਾਹਿਗੁਰੂ। ਨਾਮ ਪਰਿਓ ਭਗਤ, ਜਿਹਨੂੰ ਜਿਹਨੂੰ ਆਉਂਦੀ ਉਹ ਤਾਂ ਬੋਲੋ, ਰਾਗੀ ਸਾਹਿਬ ਤੁਸੀਂ ਤਾਂ ਬੋਲੋ, ਨਿੱਕੀ ਜ਼ਬਾਨੀ ਯਾਦ ਨਹੀਂ। ਨਾਮ ਪਰਿਓ ਪਿਤਾ ਜੀ, ਮੇਰਾ ਨਾਮ ਪੈ ਗਿਆ ਹੈ ਵੀ ਮੈਂ ਤੇਰਾ ਭਗਤ ਹਾਂ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੱਖ ਹਾਂ। ਹੁਣ ਅਖੀਰ ਗਿਆ ਇਹ ਰਾਖੋ ਪੈਜ ਹਮਾਰੀ ਛਾਬਾ। ਦੋ ਗੱਲਾਂ ਨਾ ਕਰੋ, ਹਾਂਜੀ। ਹੁਣ ਅੱਜ ਤੱਕ ਫਿਰ ਕਿਸ ਕਨਫਿਊਜ਼ਨ 'ਚ ਪੜ੍ਹਦੇ ਰਹੇ ਹੋ? ਕੋਈ ਹਮਾਰੀ ਕਰੀ ਜਾਂਦਾ ਹੈ। ਭਾਈ ਸੁਰਿੰਦਰ ਸਿੰਘ ਸੱਚਖੰਡ ਵਾਸੀ ਜੋਧਪੁਰੀ ਜਿਹੜੇ ਸੀ, ਆਖੋ ਵਾਹਿਗੁਰੂ, ਬੜੀ ਪਿਆਰੀ ਰੂਹ ਸੀ, ਬੜਾ ਸੋਹਣਾ ਕੀਰਤਨ ਕਰਦੇ, ਚਲੇ ਗਏ ਨੇ, ਸਰੀਰ ਛੱਡ ਗਏ, ਦਾਸ ਨੂੰ USA ਮਿਲ ਗਏ। ਉਹਨਾਂ ਦੇ ਸ਼ਬਦ ਹੈ ਹਰਜੀ ਉਹਨਾਂ ਮਾਣਿਆਂ ਤੋਂ ਮਾਣ, ਉਹਨਾਂ ਨੇ ਪੜ੍ਹਿਆ, ਬੜਾ ਚੱਲਿਆ, ਬੜਾ ਲੋਕਾਂ ਨੇ ਸੁਣਿਆ, ਅਜੇ ਵੀ ਸੁਣਦੇ। ਦਾਸ ਨੇ ਇਤਨੇ ਪੁੱਛਿਆ ਵੀ ਭਾਈ ਸਾਹਿਬ ਜੀ, ਇਹ ਰਾਖੋ ਪੈਜ ਅਤੇ ਹਮਾਰੀ? ਮੈਂ ਕਿਹਾ ਭਾਈ ਸਾਹਿਬ ਜੀ ਥੋੜ੍ਹਾ ਜ਼ੋਰ ਦਿਓ ਸੁਰਤ 'ਤੇ, ਹਮਾਰੀ ਹੈ ਕਿ ਤੁਮਾਰੀ ਹੈ? ਹਮਾਰੀ ਤੁਮਾਰੀ, ਹਮਾਰੀ ਤੁਮਾਰੀ। 10 ਮਿੰਟ ਇਸ ਤਰ੍ਹਾਂ ਕੀਤਾ, ਫਿਰ ਮੈਨੂੰ ਮੇਰਾ ਬਾਪੂ ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਪਰਮਜੀਤ ਸਿਆਂ, ਸੁਰਤ ਦਾ ਕਿੱਲਾ ਨਹੀਂ ਠੁਕਿਆ, ਅਰਥ ਨਹੀਂ ਪਤਾ, ਅਤੇ ਅਸੀਂ ਕਹਿੰਦੇ ਹਮਾਰੀ, ਇਹ ਰਾਖੋ ਪੈਜ ਹਮਾਰੀ। ਉੱਥੇ ਕਿਹਾ ਨਾਮ ਪਰਿਓ ਭਗਤ ਗੋਬਿੰਦ ਕਾ, ਸਤਿਗੁਰੂ ਜੇ ਕੋਈ ਬੱਚੀ ਕਵੇ ਵੀ ਮੈਨੂੰ ਨਾਢਾ ਸਾਹਿਬ ਵਾਲੀ ਧੀ ਕਹਿੰਦੇ ਹੋ ਤੁਸੀਂ, ਨਾਮ ਜੁੜ ਗਿਆ ਨਾਲ ਕਿਹਦਾ? ਨਾਢਾ ਸਾਹਿਬ ਵਾਲੇ ਦਾ। ਅਤੇ ਇਹ ਅਰਦਾਸ ਕਰੇ, ਹੁਣ ਇੱਜ਼ਤ ਮੇਰੀ ਨਹੀਂ, ਇਹ ਇੱਜ਼ਤ ਹੁਣ ਤੁਹਾਡੀ ਆ, ਕਿਉਂਕਿ ਤੇਰੇ ਨਾਲ ਮੇਰਾ ਨਾਮ ਜੁੜ ਗਿਆ। ਨਾਮ ਪਰਿਓ ਭਗਤ ਗੋਬਿੰਦ ਕਾ, ਇਹ ਰਾਖੋ ਪੈਜ ਤੁਮਾਰੀ। ਫਿਰ ਹਮਾਰੀ ਕਿਸੇ ਨੇ ਕਿਹਾ। ਵੇਖੋ ਸਿੱਖੋ, ਜਦੋਂ ਇਤਨਾ ਅਸੀਂ ਬਾਣੀ ਪ੍ਰਤੀ ਅਗਿਆਨਤਾ ਕਰਾਂਗੇ ਤਾਂ ਫਿਰ ਪੂਜਾ ਤੋਂ ਬਿਨਾਂ ਕੁਛ ਨਹੀਂ ਰਹਿ ਜੂ। ਹਜ਼ਾਰਾਂ ਸਾਲਾਂ ਤੋਂ ਮੂਰਤੀ ਦੀ ਪੂਜਾ ਕਰਦਾ ਸੀ ਕੋਈ, ਆਖੋ ਵਾਹਿਗੁਰੂ, ਕੋਈ ਮੱਕੇ ਵਿੱਚ ਜਾ ਕੇ ਮੱਥਾ ਟੇਕ ਕੇ ਉੱਥੋਂ ਦੇ ਪੱਥਰ ਨੂੰ ਚੁੰਮ ਕੇ ਆ ਜਾਂਦਾ ਸੀ, ਅਤੇ ਮੇਰੇ ਘਰ ਵਿੱਚ ਵੀ, ਇਸ ਗੁਰੂ ਘਰ ਵਿੱਚ ਵੀ ਆਣ ਕੇ ਲੋਕ ਇੱਥੇ ਆਣ ਕੇ ਮੱਥਾ ਟੇਕ ਕੇ ਦੇ ਐਂ ਕਰਕੇ ਜਾਂਦੇ, ਮਹਾਰਾਜ ਦੇ ਪੀੜਾ ਸਾਹਿਬ ਨੂੰ ਰੱਖੜੀਆਂ ਬੰਨਦੇ, ਦਿਵਾਲੀ ਵਾਲੇ ਦਿਨ ਆਣ ਕੇ ਸਤਿਗੁਰੂ ਦੇ ਕੋਲ, ਥੜਾ ਸਾਹਿਬ ਦੇ, ਨਿਸ਼ਾਨ ਸਾਹਿਬ ਦੇ ਕੋਲ ਮੋਮਬੱਤੀਆਂ ਜਗਾਉਂਦੇ। ਸਿੱਖਾਂ ਕਦੀ ਨਹੀਂ ਸੋਚਿਆ ਵੀ ਏਡੀ ਅਗਿਆਨਤਾ ਦੀ ਇੰਤਹਾ ਜਿੱਥੇ ਲਿਖਿਆ ਹੈ। ਮੇਰਾ ਸਤਿਗੁਰੂ ਕਹਿੰਦਾ ਜੇ 100 ਚੰਦਾ ਉਗਵੇ ਸੂਰਜ ਚੜ੍ਹੇ 1000, ਇਹਤੇ ਚਾਨਣ ਹੁੰਦਿਆਂ ਗੁਰਬਿਨ। ਜਿੱਥੇ ਗੁਰੂ ਅਗਿਆਨਤਾ ਦੀ ਮਿੱਟੀ ਧੁੰਦ ਜਗ ਚਾਨਣ ਦੀ ਗੱਲ ਕਰਦਾ ਹੈ, ਆ ਇੰਨੇ ਸੁੰਦਰ ਸਰੂਪ ਸਿੱਖ ਐਡੇ ਐਡੇ ਵੱਡੇ ਇਕੱਠਾਂ ਦੇ ਵਿੱਚ ਕਿਸੇ ਨੂੰ ਇਹ ਪਤਾ ਹੀ ਨਹੀਂ ਵੀ ਇੱਥੇ ਦੀਵਾ ਜਗਾਉਣ ਦੀ, ਇਹ ਤਾਂ ਆਪ ਦੀਵਾ ਹੈ। ਇਹਦੇ ਕੋਲੋਂ ਤਾਂ ਉਹਨਾਂ ਲੋਕਾਂ ਨੇ ਪ੍ਰਕਾਸ਼ ਲਿਆ ਜਿਨ੍ਹਾਂ ਨੂੰ ਕਦੀ ਪ੍ਰਕਾਸ਼ ਨਹੀਂ ਸੀ ਹੋਇਆ।
ਆਖੋ ਵਾਹਿਗੁਰੂ। ਇੱਥੇ ਸਹਿਜਧਾਰੀ ਵੀਰ ਮੈਨੂੰ ਦੋ ਮਿਲਦੇ ਰੋਜ਼ ਹੀ ਮੱਥਾ ਟੇਕਣ ਆਏ, ਆਖੋ ਵਾਹਿਗੁਰੂ, ਗੱਜ ਕੇ ਬੋਲੋ। ਇੱਕ ਤਾਂ ਤੁਹਾਡੇ ਨਾਲ ਜਾਂਦੀ ਸੀ ਜੋੜੀ, ਉਹ ਇੰਨਾ ਸ਼ੁਕਰ ਗੁਜ਼ਾਰ ਆ ਵੀ ਜ਼ਿੰਦਗੀ ਦੇ ਇੰਨੇ ਰਹੱਸ ਗੁਰਬਾਣੀ 'ਚ ਖੁੱਲ੍ਹੇ ਨੇ। ਅਸੀਂ ਕੇਵਲ ਮੱਥਾ ਟੇਕਿਆ, ਬੜੀ ਸ਼ਾਨ ਸਮਝਦੇ, ਹੱਥ ਦੇ ਉੱਤੇ ਰੁਮਾਲਾ ਰੱਖਿਆ, ਉੱਤੇ 51 ਰੁਪਈਏ ਰੱਖੇ। ਸਿੱਖਾ ਮੇਰੀ ਹੱਥ ਜੁੜ ਕੇ ਬੇਨਤੀ, ਉਹਨੂੰ ਤਾਂ ਪੁੱਛ ਮੈਂ ਤਲੀ 'ਤੇ ਲੈ ਕੇ ਕੀ ਆਵਾਂ। ਕੀ ਕਿਹਾ ਗੁਰੂ ਸਾਹਿਬ ਨੇ, ਜੋ ਤੋ ਜੇ ਪੁੱਤ ਪ੍ਰੇਮ ਦੀ ਗੇਮ ਮੇਰੇ ਨਾਲ ਖੇਡਣ ਦਾ ਤੈਨੂੰ ਚਾਅ ਹੈ ਨਾ, ਤਾਂ ਮੈਂ ਤਾਂ ਕੱਪੜੇ ਕੀ ਕਰਨੇ ਨੇ, ਮੇਰੇ ਕੋਲ ਤਾਂ ਇੱਕ ਸੁੰਦਰ ਪਛਾਕਾ ਹੈਗਾ ਹੈ। ਮੇਰੇ ਥੋੜ੍ਹੇ ਪੜਦੇ ਢੱਕਣੇ, ਪੜਦੇ ਤਾਂ ਤੇਰੇ ਢੱਕਣੇ ਨੇ। ਆਖੋ ਵਾਹਿਗੁਰੂ। ਇੱਕ ਸ਼ਬਦ ਆਪ ਜੀ ਪੜ੍ਹਦੇ ਹੋ, ਪ੍ਰੇਮ ਪਟੋਲਾ ਤੈਸ਼ੈ ਦਿੱਤਾ ਢੱਕਣ ਕੂਪਾ ਤਮੇ। ਤੁਸੀਂ ਅਤੇ ਮੈਂ ਅੱਜ ਤੱਕ ਇਹ ਭਾਵਨਾ ਬਣਾ ਲਈ ਆ ਵੀ ਅਸੀਂ ਰੁਮਾਲਾ ਦੇ ਕੇ ਅਤੇ ਇਹ ਗੁਰੂ ਸਾਹਿਬ ਨੂੰ ਕਹਿ ਰਹੇ ਹਾਂ, ਇਸ ਤਰ੍ਹਾਂ ਨਹੀਂ ਜੇ ਸ਼ਬਦ। ਪ੍ਰੇਮ ਪਟੋਲਾ ਤੈਂ ਨਹੀਂ, ਪਹਿਲੋਂ ਤੈਂ, ਤੂੰ ਸ਼ਹਿ ਦਿੱਤਾ ਹੇ ਪਤੀ ਪਰਮੇਸ਼ਵਰ ਜੀ, ਆਹ ਜਿਹੜਾ ਸ਼ਬਦ ਰੂਪੀ ਪਟੋਲਾ ਵਾਹਿਗੁਰੂ ਮੈਨੂੰ ਦਿੱਤਾ ਨਾ ਤੁਸੀਂ, ਇਹ ਤਾਂ ਦਿੱਤਾ ਹੈ ਕਿ ਢੱਕਣ ਕੋ ਪੱਤ ਮੇਰੀ। ਮੈਂ ਨੰਗਾ ਹੋ ਸਕਦਾ, ਗੁਰੂ ਥੋੜ੍ਹਾ ਨੰਗਾ ਹੋ ਸਕਦਾ, ਮਗਰ ਇੱਥੇ ਰਾਗੀ ਸਾਹਿਬਾਨਾਂ ਨੂੰ ਕਹਿ ਕੇ ਕਹਿੰਦੇ ਸ਼ਬਦ ਪੜਿਓ ਜੀ, ਜਰਾ ਕਹੋ ਰੁਮਾਲੇ ਵਾਲਾ ਸ਼ਬਦ ਪੜ੍ਹ ਦਿਓ। ਕੋਈ ਰੁਮਾਲੇ ਵਾਲਾ ਸ਼ਬਦ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈਗਾ। ਉੱਥੇ ਤਾਂ ਗੁਰੂ ਸਾਹਿਬ ਜੀ ਕਹਿੰਦੇ ਪੰਜਵੇਂ ਪਾਤਸ਼ਾਹ, ਪ੍ਰੇਮ ਪਟੋਲਾ ਤੈਂ 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 ਸ਼ਹਿ ਸ਼ਹਿ ਮਣੇ ਪਤੀ ਜੀ, ਤੁਸੀਂ ਮੈਨੂੰ ਇੱਕ ਪ੍ਰੇਮ ਦਾ ਪਟੋਲਾ ਦਿੱਤਾ, ਕਿਹੜਾ? ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੰਗੀ ਤਰ੍ਹਾਂ ਢੱਕ ਲਓ, ਢੱਕ ਲਓ, ਪੜਦੇ ਗੁਰੂ ਢੱਕਣ ਵਾਲਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧਿਆਨ ਦਿਓ, ਜੇ ਆਪਾਂ ਇਸ ਕੱਪੜੇ ਦੀ ਗੱਲ ਕਰਦੇ ਹੋਈਏ, ਇਹ ਕੱਪੜਾ ਵੀ ਤਾਂ ਇੱਕ ਦਿਨ ਜਲ ਵੀ ਜਾਣਾ ਹੈ, ਪੁਰਾਣਾ ਵੀ ਹੋ ਜਾਣਾ ਹੈ। ਉਹ ਕਿਹੜਾ ਕੱਪੜਾ ਹੈ ਜਿੱਥੇ ਲਿਖਿਆ ਪਹਿਨਣਾ? ਬੋਲੋ, ਉੱਚੀ ਬੋਲੋ। ਰੱਖ ਪੱਤ ਪਰਮੇਸ਼ਰ, ਨਹੀਂ ਇਹੋ ਜਿਹਾ ਕੱਪੜਾ ਪਹਿਨ ਜਿਹਦੇ ਨਾਲ ਤੇਰੀ ਇੱਜ਼ਤ ਰਹਿ ਜੇ। ਅਤੇ ਫਿਰ ਗਰੰਟੀ ਦਿੱਤੀ, ਕਿਤੇ ਵਾਹਿਗੁਰੂ ਦੇ ਸ਼ਬਦ ਦਾ ਰੁਮਾਲਾ ਆਪਣੇ 'ਤੇ ਕੱਪੜਾ ਪਾ ਕੇ ਵੇਖ, ਕਹਿੰਦਾ ਜਾਪਦਾ, ਅਤੇ ਨਾਲ ਲਿਖਿਆ ਪਹਿਨਣਾ ਰੱਖ ਪੱਤ ਪਰਮੇਸ਼ਰ, ਫਿਰ ਨਾਂਗੇ ਨਾਹੀਂ ਥੀਵਨਾ, ਫਿਰ ਨਾਂਗੇ। ਗਰੰਟੀ ਦਿੱਤੀ ਗੁਰੂ ਨੇ, ਅੱਜ ਤੋਂ ਬਾਅਦ ਤੂੰ ਨੰਗਾ ਨਹੀਂ ਹੋਏਗਾ। ਸੱਚੀ ਮੁੱਚੀ ਜਿਹਨੇ ਉਹਦੇ ਨਾਲ ਜੋੜ ਬਣਾਇਆ,
ਉਹਦੀ ਪੱਤ ਫਿਰ ਕਦੀ ਇੱਜ਼ਤ ਉਹਦੀ ਨੰਗੀ ਨਹੀਂ ਹੋਈ, ਉਹਦੇ ਪਰਦੇ ਟੱਕ ਲਏ। ਤੁਸੀਂ ਅਤੇ ਮੈਂ ਇਹ ਮੈਂ ਤਾਨੇ ਨਹੀਂ ਦੇ ਰਿਹਾ ਸਿੱਖਾਂ ਨੂੰ, ਸਿੱਖਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਸੁਭਾਅ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਜਿਹੜੀ ਪੂਜਾ ਹਜ਼ਾਰਾਂ ਸਾਲਾਂ ਤੋਂ ਦੇਖਾ ਦੇਖੀ ਸਭ ਕਰੇ, ਇੱਕ ਸ਼ਬਦ ਆ ਜੀ ਕਿ ਉਹ ਭੋਗ ਲਵਾਉਂਦੇ ਸੀ, ਅਸੀਂ ਵੀ ਭੋਗ। ਉਹ ਲੱਡੂ ਲਿਆਉਂਦਾ ਸੀ ਮੰਦਿਰ ਵਿੱਚ, ਅਸੀਂ ਵੀ ਗੁਰਦੁਆਰੇ ਲੱਡੂ। ਉਹ ਜੋਤਾਂ ਜਗਾਉਂਦੇ ਸੀ, ਅਸੀਂ ਵੀ ਜੋਤਾਂ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਹੋਵੇ ਜਿੱਥੋਂ ਖੰਡੇ ਬਾਟੇ ਦਾ ਅੰਮ੍ਰਿਤ ਬਣਿਆ ਹੋਵੇ, ਅਤੇ ਜਿੱਥੇ ਕਹਿ ਦਿੱਤਾ ਹੋਵੇ ਅੱਜ ਤੋਂ ਮੈਂ ਦੁਨੀਆ ਤੋਂ ਇਹਨੂੰ ਨਿਆਰਾ ਕਰਤਾ, ਉੱਥੇ ਹੁਣ ਘੜੀ ਦੀ, ਜਿੱਥੇ ਘੜੀਆਂ ਹੁਣ ਹਰ ਬੰਦੇ ਕੋਲ ਹੈਗੀਆਂ, ਉੱਥੇ ਟੱਲ ਖੜਕਣਾ ਸ਼ੁਰੂ ਹੋ ਗਿਆ। ਟੱਲ ਖੜਕਣਾ ਜਿਹੜੇ ਮੰਦਰਾਂ 'ਚ ਕਦੀ ਖੜਕਦੇ ਸੀ ਨਾ, ਟਨ ਇੱਕ ਵੱਜਾ ਹੋਵੇ ਤੇ, ਟਨ ਟਨ ਦੋ ਵੱਜੇ ਹੁਣ ਤੇ, ਸਿੱਖਾ ਕਦੋਂ ਜਾਗੇਗਾ? ਇਹ ਟੱਲ ਤੇ ਮੰਦਰਾਂ 'ਚ ਖੜਕਦੇ ਸੀ, ਗੁਰਦੁਆਰਿਆਂ 'ਚ ਤੇ ਨਗਾਰੇ ਵੱਜਦੇ ਸੀ, ਅਤੇ ਇੱਥੇ ਮੜਿਆ ਵੀ ਨਗਾਰਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਬੋਲੋ ਨਾ ਗੁਰੂ ਕਿਸੇ ਕੋਈ ਥੋੜ੍ਹੇ ਬਹੁਤੇ ਜਾਗਦੇ ਹੋ ਕਿ ਨਹੀਂ? ਇੱਥੇ ਟੱਲ ਬਣ ਗਏ ਸੀ ਬਾਬਾ। ਸਿੱਖਾ ਕੀ ਹੋ ਗਿਆ? ਤੇਰੀ ਚੇਤਨਤਾ ਤਾਂ ਕਰਕੇ ਹੋ ਸਕਦਾ ਹੈ, ਪਤਾ ਨਹੀਂ ਹਾਲੇ ਕਿੰਨਾ ਨੁਕਸਾਨ ਹੋਵੇ। ਅਗਲੇ ਦਰ ਬਦਰ ਸਟੈਪ ਬਾਈ ਸਟੈਪ ਤੇਰੇ ਉੱਤੇ ਚੜ੍ਹ ਰਹੇ, ਤੇਰੇ ਗੁਰਦੁਆਰਿਆਂ ਦੇ ਵਿੱਚ ਨਾ ਸੰਖ ਨਾ ਟੱਲ ਇਹ ਨਹੀਂ ਸੀ ਹੋਣੇ ਚਾਹੀਦੇ। ਇੱਥੇ ਜਕਾਰੇ ਗਜਾਉਣੇ ਅਤੇ ਨਗਾਰੇ ਵੱਜਣੇ, ਦੋ ਸ਼ਬਦ ਨੇ, ਜਕਾਰਾ ਅਤੇ ਨਕਾਰਾ, ਸਭ ਗਾਇਬ ਹੁੰਦੇ ਜਾਂਦੇ। ਆਈ ਜਾ, ਰੋਜ਼ ਆਇਆ ਕਰ, ਸੋਹਣੇ ਕੱਪੜੇ ਪਾ ਕੇ ਸੁਣਿਆ ਕਰ ਕੀਰਤਨ, ਦਿਆ ਕਰ ਕੱਤੀ ਕੱਤੀ ਹਜ਼ਾਰ ਦੇ ਲਿਫਾਫੇ ਭਰ ਕੇ ਰਾਗੀਆਂ ਟਾਡੀਆਂ ਨੂੰ, 51-52 ਹਜ਼ਾਰ ਦੇ ਚੱਲ ਜਿਆ ਕਰ, ਖਾਲੀ ਹੱਥ ਆਣ ਕੇ ਦੇਖਾ ਦੇਖੀ ਸਭ ਕਰੇ। ਇਹਦਾ ਮਤਲਬ ਆ ਜੋ ਪਹਿਲੋਂ ਮੈਂ ਪੰਡਿਤ ਨੂੰ ਵੇਂਹਦਾ ਸਾਂ ਕਰਦੇ, ਉਹ ਹੀ ਮੈਂ ਕਰਨਾ ਸ਼ੁਰੂ ਕਰਤਾ। ਸਿੱਖਾ ਇਹ ਵੱਖਰਾ ਸੀ ਕੰਮ, ਨਾਨਕ ਨਿਰਮਲ ਪੰਥ ਚਲਾਇਆ, ਇਹ ਨਿਰਮਲ ਪੰਥ ਸੀ। ਇੱਥੇ ਕੋਈ ਇਹੋ ਜਿਹੀ ਫੋਕਟ ਗੱਲ ਸੀ ਨਹੀਂ, ਜਿਹਨੂੰ ਕਹਿੰਦੇ ਨਾ ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ। ਤੂੰ ਨਿਸ਼ਾਨ ਸਾਹਿਬ ਦੇ ਪੱਥਰ ਨੂੰ ਮੱਥਾ ਲਾਉਣਾ ਹੈ ਕਿ ਨਹੀਂ? ਬੋਲ, ਤੂੰ ਨਿਸ਼ਾਨ ਸਾਹਿਬ ਨੂੰ ਕਹਿਣਾ ਸੀ ਵਾਹਿਗੁਰੂ ਜੀ ਕਾ ਖਾਲਸਾ, ਅਤੇ ਆਪਣੇ ਅੰਦਰ ਇੱਕ ਭਾਵਨਾ ਬਣਾਉਣੀ ਝੂਲ 'ਤੇ ਨਿਸ਼ਾਨ ਰਹੇ ਪੰਥ ਮਹਾਰਾਜ। ਮੱਥਾ ਨਹੀਂ ਸੀ, ਮੱਥਾ ਥਾਂ ਥਾਂ 'ਤੇ ਨਹੀਂ ਟਿੱਕੀ ਜਾਂਦਾ। ਜਦੋਂ ਆਹ ਤੁਸੀਂ ਸ਼ਬਦ ਪੜ੍ਹਦੇ ਹੋ ਆਦ ਅੰਤ ਏਕੇ ਅਵਤਾਰਾ, ਬੋਲੋ ਕੀ ਚਾਹੁੰਦੇ, ਕੀ ਕਹਿੰਦੇ ਕਹਿਣਾ ਚਾਹੁੰਦੇ? ਵੀ ਆਦ ਤੋਂ ਅੰਤ ਤੱਕ ਇੱਕ ਹੀ ਅਵਤਾਰ ਆ ਜਿਹਨੂੰ ਕਹਿੰਦੇ ਸ਼ਬਦ। ਕੀ ਜੀ? ਸੋਈ ਗੁਰੂ ਨਮਸਕਾਰ। ਅਤੇ ਹੁਣ ਜਿਹੜਾ ਪੱਥਰ ਫਿੱਟ ਕੀਤਾ ਨਿਸ਼ਾਨ ਸਾਹਿਬ ਦੇ ਦੁਆਲੇ, ਮੇਰਾ ਇੱਕ ਚਿੰਨ੍ਹ ਹੈ, ਮੇਰੀ ਜਿੰਦ ਜਾਨ ਹੈ ਨਿਸ਼ਾਨ ਸਾਹਿਬ। ਮੈਂ ਤਾਂ ਜਿਉਂਦਾ ਜਾਗਦਾ ਉਹਨੂੰ ਆਪਣਾ ਚਿੰਨ੍ਹ ਸਮਝ ਕੇ ਕਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟਾਈਮ ਨਾ ਭੱਜ ਜਾ ਕਿਤੇ, ਉਹ ਸ਼ਬਦ ਨੇ ਟਾਈਮ ਲੈਣਾ। ਮੈਂ ਫਿਰ ਇੱਕ ਵਾਰ ਕਹਿੰਦਾ, ਆਖੋ ਵਾਹਿਗੁਰੂ, ਇਹ ਰੱਖੋ ਪੈਜ, ਹਾਂਜੀ ਤੁਹਾਰੀ। ਇੱਕ ਸ਼ਬਦ ਹੋਰ ਜੇ, ਹਰ ਹਰ ਗੁਰ ਗੁਰ ਕਰਤਾ ਰੇ, ਬੋਲੋ ਕਿਉਂ ਕਿਉਂ ਕਿਉਂ? ਗੁਰੂ ਗ੍ਰੰਥ ਸਾਹਿਬ ਜੀ ਨੂੰ, ਪਿਤਾ ਜੀ ਮੈਂ ਵਾਹਿਗੁਰੂ 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 ਹਰੀ ਹਰੀ ਗੁਰੂ ਗੁਰੂ ਕਰਦਾ ਹਾਂ, ਮਗਰ ਅੱਗੇ ਪੜ੍ਹੋ, ਹਰ
ਹਰੀ ਦੀ ਆਰਾਧਨਾ ਮੈਨੂੰ ਕਰਨੀ ਆਈ ਨਹੀਂ, ਮੈਂ ਕਰਦਾ ਹਾਂ। ਵਾਹਿਗੁਰੂ ਵਾਹਿਗੁਰੂ ਹਰੀ ਹਰੀ ਗੁਰੂ ਗੁਰੂ ਕਰ, ਇਤਨਾ ਹੀ ਲਿਖਿਆ, ਹਰ ਹਰ ਗੁਰ ਗੁਰ, ਅੱਗੇ ਕੀ ਹੈ? ਇੱਕ ਜੀ ਤੁਸੀਂ ਵੀ ਕਹੋ, ਇੱਕ ਜੀ ਧੀਏ ਤੂੰ ਵੀ ਕਹਿ ਵੀ ਮੈਂ ਵਾਹਿਗੁਰੂ 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 ਕਰਦੀ ਹਾਂ, ਹਰੀ ਹਰੀ ਕਰਦੀ ਹਾਂ, ਗੁਰੂ ਗੁਰੂ ਕਰਦੀ ਹਾਂ, ਮਗਰ ਪਿਤਾ ਜੀ ਮੈਨੂੰ ਹਰੀ ਦੀ ਆਰਾਧਨਾ ਕਰਨੀ ਆਈ ਨਹੀਂ। ਆਈ ਹੁੰਦੀ ਤੇ ਅੱਜ ਨੂੰ ਤੇ ਦੀਵੇ ਜਗ ਪੈਂਦੇ, ਏਕ ਵਾਰ ਜਨ ਤੁਮੇ ਸੰਭਾਰਾ, ਤੇ ਮੈਂ ਤਾਂ 24 ਘੰਟੇ ਕਾਲ ਦੀ ਫਾਸੀ 'ਚ ਫਸਿਆ ਬੈਠਾ। ਹਰ ਹਰ ਗੁਰ ਗੁਰ ਕਰਤਾ ਰੇ, ਹਰ ਆਰਾਧਨਾ ਜਾਨਾ ਰੇ, ਮਗਰ ਮੇਰੇ ਬੁੱਲ ਹਿਲਾਉਣ ਨਾਲ ਹੀ ਲੋਕਾਂ ਨੇ ਮੈਨੂੰ ਕਹਿਣਾ ਸ਼ੁਰੂ, ਹਰ ਜੀਓ ਨਾਮ ਭਰਿਓ ਰਾਮਦਾਸ, ਅਤੇ ਮੇਰੇ ਨਾਲ ਬਹਿਸਦੇ ਨੇ ਲੋਕੀ ਵੀ ਇਹ ਗੁਰੂ ਅਰਜਨ ਦੇਵ ਸਾਹਿਬ ਦਾ ਸ਼ਬਦ ਹੈ, ਅਤੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਮੇਰੇ ਪਿਤਾ ਜੀ ਦਾ ਨਾਮ ਰਾਮਦਾਸ ਸੀ। ਇੰਨਾ ਨਿਕਾਲਾ ਨਿਕਲਿਆ ਇਹ ਸਾਡਾ, ਰਾਮਦਾਸ ਦਾ ਮਤਲਬ ਆ ਰਾਮ ਦਾ ਦਾਸ, ਇੱਥੇ ਗੁਰੂ ਰਾਮਦਾਸ ਪ੍ਰਤੀ ਕੋਈ ਸ਼ਬਦ ਨਹੀਂ ਗਾ। ਆਖੋ ਵਾਹਿਗੁਰੂ। 5ਵੇਂ ਪਾਤਸ਼ਾਹ ਜੀ ਕਹਿੰਦੇ ਮੈਂ ਹਰ ਹਰ ਗੁਰ ਗੁਰ ਕਰਤਾ ਰੇ, ਹਰ ਆਰਾਧਨਾ ਜਾਨਾ ਰੇ, ਮਗਰ ਹਰ ਜੀਓ ਨਾਮ ਪਰਿਓ। ਪਾਤਸ਼ਾਹ ਜੀ ਮੈਨੂੰ ਕਰਨਾ ਵੀ ਨਹੀਂ ਆਇਆ ਜੇ ਸਿਮਰਨ, ਮੈਂ ਵਾਹਿਗੁਰੂ ਵਾਹਿਗੁਰੂ ਸੰਗਤ 'ਚ ਕਰਨਾ ਸ਼ੁਰੂ ਕਰਤਾ ਅਤੇ ਮੇਰਾ ਨਾਮ ਪਾ ਦਿੱਤਾ ਇਹ ਰਾਮ ਦਾ ਦਾਸ ਆ। ਪਤਾ ਲੱਗ ਗਿਆ ਹੁਣ ਅੱਜ ਦੇ ਸ਼ਬਦ ਦੀ, ਆਓ ਵਿਚਾਰ ਕਰੀਏ। ਚੌਂਕੜਾ ਮਾਰ ਕੇ 2 ਮਿੰਟ ਮਨ ਨੂੰ ਇਕਾਗਰ ਕਰ ਲਓ, ਸੋਚੀ ਨਾ ਪਿਓ, ਘਰ ਜਾ ਕੇ ਪੜ੍ਹਿਓ। ਜਿਹੜੀਆਂ ਹੁਣ ਗੱਲਾਂ ਕੀਤੀਆਂ ਨੇ ਨਾ, ਥੋੜ੍ਹੀਆਂ ਜਿਹੀਆਂ ਉਪਰੀਆਂ ਲੱਗਣੀਆਂ, ਪਤਾ ਲੱਗਿਆ ਵੀ ਉਪਰੀਆਂ ਜੋ ਮੈਂ ਅੱਜ ਤੱਕ ਸੋਚ ਕੇ ਬੈਠਾ ਸੋ ਤੋਂ ਉਲਟ ਵਿਪਰੀਤ ਹੋ ਗਿਆ, ਅਤੇ ਸੋਚ ਤਾਂ ਆਉਣੀ। ਆਖੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹਨੂੰ ਸੁਣੋ, ਮੂੰਹ ਤੋਂ ਕਹੋ, ਕੰਨਾਂ ਤੋਂ ਸੁਣੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੁਣੋ ਗੁਰੂ ਕੇ ਸਿੱਖੋ, ਅੱਜ ਸਮਾਪਤੀ ਹੈ ਸਮਾਗਮ ਦੀ। ਇਹ ਜਿਹੜਾ ਆਪਣਾ ਚੱਲ ਰਿਹਾ ਸੀ ਲੜੀਵਾਰ, ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੁਹਾਡੇ ਪਿਆਰ ਵਜੋਂ ਲੰਗਰ ਤਿਆਰ ਕੀਤਾ ਨਾਸ਼ਤੇ ਦਾ। ਜਾਣ ਲੱਗੇ ਭਾਵੇਂ ਬੁਰਕੀ ਬੁਰਕੀ, ਸਾਰੇ ਖਾ ਕੇ ਜਾਇਓ, ਛੱਕ ਕੇ ਜਾਇਓ। ਹੁਣ ਸ਼ਬਦ ਦੇ ਸਾਹਮਣੇ ਵੇਖੋ, ਕਬੀਰ ਸਾਹਿਬ ਨੇ ਸ਼ਬਦ ਉਚਾਰਿਆ। ਕਬੀਰ ਸਾਹਿਬ ਕਹਿੰਦੇ ਮੇਰੇ ਅੰਦਰ ਕੋਈ ਬੋਲਦਾ ਸੀ। ਆਖੋ ਵਾਹਿਗੁਰੂ। ਬਾਬਾ ਬੋਲਦੇ ਤੇ ਬੋਲਤੇ, ਪਹਿਲੋਂ ਕਹੋ, ਅੱਗੇ ਕਹੋ ਤੇ ਕਹਾਂ ਗਏ, ਨਹੀਂ ਅਜੇ ਨਹੀਂ, ਨਾ ਪਹਿਲੋਂ ਕਹੋ ਬੋਲਤੇ ਤੇ ਕਹਾਂ ਗਏ। ਜਿਹੜੇ ਗੱਲਾਂ ਕਰਦੇ ਸੀ ਇੰਨੀਆਂ, ਆ ਤੁਹਾਡੇ ਅੰਦਰ ਵੀ ਬੋਲਣ ਡਏ ਨੇ, ਇੰਨੇ ਫੁਰਨੇ, ਇੰਨਾ ਰੌਲਾ ਜਿਹੜਾ ਹੈਗਾ ਉਹਦੀ ਗੱਲ ਆ, ਨਾ ਕਿ ਕਿਸੇ ਕਥਾਵਾਚਕ ਦੀ।
ਹਾਂ ਵੀ ਉਹ ਕਿੱਧਰ ਗਿਆ ਪਚੰਗੀ, ਆਖੋ ਵਾਹਿਗੁਰੂ, ਪਤਾ ਲੱਗ ਗਿਆ ਜਿਹੜਾ ਮੇਰੇ ਬਾਬਾ ਕਬੀਰ ਕਹਿੰਦਾ ਭੋਗ ਪੈ ਗਿਆ ਸਾਰੀ ਗੱਲ ਦਾ, ਜਿਹੜੇ ਮੇਰੇ ਅੰਦਰ ਇੰਨੇ ਫੁਰਨੇ ਉੱਠਦੇ ਸੀ, ਇੰਨੇ ਵਿਚਾਰ ਉੱਠਦੇ ਸੀ, ਬਾਬਾ ਬੋਲਤੇ ਅਤੇ ਬੋਲਤੇ ਜਿਹੜੇ ਅੰਦਰ ਬੜੇ ਫੁਰਨੇ ਆਉਂਦੇ ਸੀ, ਅਤੇ ਕਹਾਂ ਗਏ ਇਹ ਜਿੱਦਣ ਕਿਸੇ ਦੀ ਸਿਰੇ 'ਤੇ ਗੱਲ ਚੱਲ ਜਾਂਦੀ ਅਤੇ ਅੰਦਰ ਚੁੱਪ ਹੋ ਜਾਂਦਾ, ਉੱਥੋਂ ਦੀ ਕਹਾਣੀ ਆ, ਨਾ ਕਿ ਕਿਸੇ ਮਰੇ ਹੋਏ ਦੀ। ਕੋਈ ਪਕੜ ਰਹੇ ਹੋ, ਐਵੇਂ ਤਾਂ ਨਹੀਂ ਕਿਤੇ ਸਿਰ ਸੁਰ ਲਾਉਣ ਡੇ, ਦਿਨ ਚੜ ਜੂਗਾ, ਅੱਗੇ ਤੋਂ ਕਿਸੇ ਰਾਗੀ ਦੀ ਬਾਂਹ ਫੜ ਲਿਓ ਤੁਸੀਂ ਵੀ ਪ੍ਰਬੰਧਕੋ। ਕੋਈ ਬੁੱਢਾ ਮਰ ਗਿਆ ਅਤੇ ਉੱਥੇ ਸ਼ਬਦ ਪੜ੍ਹ ਡੇ, ਬਾਬਾ ਬੋਲਤੇ ਅਤੇ ਕਹਾਂ ਗਏ। ਇਹ ਮੂੰਹ ਦੇ ਚੁੱਪ ਹੋ ਜਾਣ ਦੀ ਗੱਲ ਨਹੀਂ ਗੀ, ਇਹ ਅੰਦਰਲੇ ਫੁਰਨੇ ਬੰਦ ਹੋਣ ਦੀ ਕਹਾਣੀ ਆ। ਆਖੋ ਵਾਹਿਗੁਰੂ, ਪਤਾ ਲੱਗ ਗਿਆ ਜੀ ਗੁਰੂ ਕੇ ਸਿੱਖੋ। ਬਾਬਾ ਉੱਤੇ ਪੜ੍ਹੋ, ਬੋਲਤੇ ਜਿਹੜੇ ਅੰਦਰ ਵਿਚਾਰ ਫੁਰਨੇ ਬੋਲਦੇ ਸੀ, ਅਤੇ ਵੇਖ ਕੇ ਹੈਰਾਨ ਅਵਸਥਾ ਵਿੱਚ ਜਾ ਕੇ ਕਬੀਰ ਕਹਿੰਦਾ, ਅਤੇ ਦੇਹੀ ਕੇ ਸੰਗ ਰਹੀ ਅਤੇ ਨਾਲ ਹੀ ਸੀ, ਮੈਂ ਅਤੇ ਅੰਦਰਲੇ ਫੁਰਨੇ ਕਦੀ ਵੱਖ ਨਹੀਂ ਸਾਂ ਹੋਏ, ਨਾਲ ਹੀ ਰਹਿੰਦੇ ਸੀ 24 ਘੰਟੇ, ਜਿੱਥੇ ਜਾਂਦਾ ਸਾਂ। ਇਹ ਥੋੜ੍ਹਾ ਵੀ ਤੁਸੀਂ ਇੱਥੋਂ ਸੰਗਰੂਰ ਚੱਲ ਜਾਓ ਅਤੇ ਆਪਣੇ ਫੁਰਨੇ ਤੁਸੀਂ ਇੱਥੇ ਛੱਡ ਜਾਂਦੇ ਹੋ, ਨਾਲ ਹੀ ਜਾਂਦੇ, ਤੁਹਾਡੇ ਨਾਲ ਗੱਲਾਂ ਕਰਦੇ। ਆਖੋ ਵਾਹਿਗੁਰੂ, ਅੱਗੇ ਬੜੇ ਸੋਹਣੇ ਸ਼ਬਦ ਆ, ਆਖੋ ਵਾਹਿਗੁਰੂ, ਦੇਹੀ ਕੇ ਸੁਰਤ ਮਾਹੇ ਜੋ ਨਿਰਤੇ ਕਰਤੇ, ਮੇਰੀ ਸੁਰਤ ਵਿੱਚ ਬੜਾ ਨਾਚ ਕਰਦੇ ਸੀ, ਨਿਰਤ ਮੈਣੇ ਨੱਚਦੇ ਰਹਿੰਦੇ ਸੀ, ਫੁਰਨੇ ਥਾਟ ਕੋ ਪਤਾ ਲੱਗ ਰਿਹਾ ਜੀ ਹੁਣ। ਵੇਖੋ ਜੇ ਤਾਂ ਕਿਤੇ ਸਮਝ ਲਓ, ਅਤੇ ਮੇਰਾ ਵੀ ਇਹ ਕਿਹਾ ਹੋਇਆ ਸ਼ਬਦ ਮੈਨੂੰ ਪਤਾ ਹੈ, ਇਹਨਾਂ ਨੇ ਮੈਨੂੰ ਬਹੁਤ ਗਾਲਾਂ ਕੱਢਣੀਆਂ। ਗਾਲਾਂ ਨਹੀਂ, ਸ਼ਬਦ ਦੇ ਦਰਸ਼ਨ ਕਰੋ। ਆਖੋ ਵਾਹਿਗੁਰੂ, ਸਿੱਖੋ ਮੰਨ ਜੋ ਵੀ ਇਹ ਕਿਸੇ ਮਰੇ 'ਤੇ ਪੜ੍ਹਨ ਵਾਲੇ ਸ਼ਬਦ ਨਹੀਂ ਗੇ, ਇਹ ਤਾਂ ਕਿਸੇ ਨੂੰ ਬ੍ਰਹਮ ਗਿਆਨ ਦੀ ਅਵਸਥਾ ਹੋ ਗਈ ਹੋਵੇ ਅਤੇ ਉੱਥੇ ਪੜ੍ਹਨ ਵਾਲਾ ਸ਼ਬਦ ਆ, ਚੁੱਪ ਹੋ ਗਈ ਹੋਵੇ ਜੀਵ ਆਤਮਾ। ਇੱਥੇ ਸਾਰਨਪੁਰ ਸੀ ਜਿਸ ਦਿਨ ਭਾਈ ਜਸਵੀਰ ਮਸਕੀਨ ਜੀ ਪੂਰੇ ਹੋਏ, ਕਥਾ ਕਰਦੇ ਸਾ ਤੁਸੀਂ ਨਾਲ ਸੋ। ਆਖੋ ਵਾਹਿਗੁਰੂ, ਅਤੇ ਘਰੋਂ ਨਿਕਲੇ ਅਤੇ ਕਹਿੰਦੇ ਜੀ ਅੱਜ ਇਹ ਸ਼ਬਦ ਪੜ੍ਹ ਰਹੇ ਨੇ, ਇਹਦੀ ਵਿਆਖਿਆ ਸੁਣਾ ਦਿਓਗੇ? ਦਾਸ ਨੂੰ ਕਹਿੰਦੇ, ਨਾਲ ਜਿੰਨੇ ਸਿੰਘ ਸੀ। ਮੈਂ ਕਿਹਾ ਦੇਖਣੀ ਕਿ ਸੁਣਨੀ? ਆ ਥੋੜ੍ਹਾ ਜਿਹਾ ਇਤਰਾਂ ਬੈਠੋ, ਦੇਖਣੀ, ਦੇਖਣਾ ਹੋਰ ਹੁੰਦਾ ਹੈ, ਸੁਣਨਾ ਹੋਰ ਹੁੰਦਾ। ਕਹਿੰਦੇ ਦੋਵੇਂ ਕਰ ਦਿਓ। ਨਾਲ ਦੇ ਸਿੰਘ ਸੀ, ਸੈਰ ਕਰਨ ਚੱਲੇ, ਇੱਕ 24-25 ਸਾਲ ਦਾ ਬੱਚਾ ਜਿਹਨੂੰ ਦਾੜ੍ਹੀ ਆਈ ਐਡੀ ਐਡੀ, ਸਿਰ 'ਤੇ ਉਹਨੇ ਚਿੱਟਾ ਰੁਮਾਲ ਬੱਧਾ ਜਿਸ ਤਰ੍ਹਾਂ ਦੇ ਬੱਚਿਆਂ ਦੇ ਸਿਰਾਂ 'ਤੇ ਬੱਧੇ ਹੁੰਦੇ, ਅਤੇ ਨਿੱਕੇ ਨਿੱਕੇ ਨਿਆਣਿਆਂ ਦੇ ਨਾਲ ਬਰਾਂਟੇ ਖੇਡ ਰਿਹਾ। ਮੈਂ ਕਿਹਾ ਆਹ ਫੋਟੋ ਜੇ ਜਿਹਨੂੰ ਨਹੀਂ ਪਤਾ, ਚਾਤਰੀ ਨਹੀਂ ਆਉਂਦੀ ਅੰਦਰੋਂ, ਕਿਤੇ ਇਹਦੇ ਅੰਦਰ ਆਵਾਜ਼ ਨਹੀਂ ਉੱਠੀ, ਉਹ ਦਾੜਾ ਤੇਰੇ ਮੂੰਹ 'ਤੇ ਤੂੰ ਨਿਆਣਿਆਂ ਨਾਲ ਖੇਡ ਰਿਹਾ, ਪਤਾ ਲੱਗ ਗਿਆ ਜੀ, ਦਾੜਾ ਤੇਰੇ ਮੂੰਹ 'ਤੇ ਅਤੇ ਤੂੰ ਬੱਚਿਆਂ ਨਾਲ ਖੇਡਣ, ਲੋਕ ਕੀ ਕਹਿਣਗੇ? ਉਹ ਤਾਂ ਸਭ ਭੋਗ ਪੈ ਗਿਆ, ਪਤਾ ਲੱਗ ਰਿਹਾ ਜੀ, ਐ ਮਸੂਮੀਅਤ ਦੇ ਨਾਲ ਉਹ ਬਰੰਟੇ ਖੇਡਣ ਡਿਆ। ਇਹ ਫੋਟੋ ਆ ਉਸ ਸ਼ਬਦ ਦੀ, ਜਿਹੜੇ ਅੰਦਰ ਚਾਤਰੀਆਂ ਦੇ ਬੋਲ ਸੀ, ਜਿਹੜੇ ਅੰਦਰ ਬੜੇ ਉੱਚੇ ਅਤੇ ਗੱਲਾਂ ਝਗੜੇ ਝਗੜੇ ਸੀ, ਕਿੱਥੇ ਚਲੇ ਗਏ? ਸੁਰਤ ਮਾਹੇ ਜੋ ਨਿਰਤੇ ਕਰਤੇ, ਜਿਹੜਾ ਸੁਰਤ ਵਿੱਚ ਨਾਚ ਹੁੰਦਾ ਸੀ, ਅਤੇ ਕਥਾ, ਕਥਾ ਮੈਨੇ ਗੱਲਾਂ ਕਰਨੀਆਂ। ਆਖੋ ਵਾਹਿਗੁਰੂ, ਕਥਨਾ, ਕਥਾ ਦਾ ਮਤਲਬ ਕੀ? ਕਥਨਾ, ਕਥਾ ਵਾਰਤਾ ਕਰਤੇ, ਬਾਬਾ ਉਹ ਕਹਿਤੇ, ਕਿੱਥੇ ਚਲੇ ਗਏ ਨੇ ਉਹ? ਇਹ ਤਾਂ ਕਿਸੇ ਨੇ ਅੰਦਰ ਵੇਖਿਆ ਹੈ ਵੀ ਉਹ ਕਿੱਥੇ ਗਈ ਕਹਾਣੀ, ਜਿਹੜੀਆਂ ਇੰਨੀਆਂ ਚਾਤਰੀਆਂ ਕਰਦੀ ਸੀ, ਇੰਨੀਆਂ ਗੱਲਾਂ ਕਰਦੀ ਸੀ।
ਕੋਈ ਪਤਾ ਲੱਗਾ ਜਗਨੀ ਗੁਰੂ ਕੇ ਸਿੱਖੋ, ਸਿਰ ਚੁੱਕ ਕੇ ਇਸ ਤਰ੍ਹਾਂ ਬੈਠੋ ਮਰਦ ਵਾਂਗੂ। ਇਹ ਬੜਾ ਸੋਹਣਾ ਪ੍ਰਸਾਦ ਆ, ਜੇ ਗੁਰੂ ਰਾਮਦਾਸ ਮੇਰੀ ਰਸਨਾ 'ਤੇ ਬਹਿ ਕੇ ਤੁਹਾਨੂੰ ਵਰਤਾ ਦੇ ਤੇ ਮੇਰੀ ਚਾਤਰੀ ਨਹੀਂ ਕੋਈ। ਆਖੋ ਵਾਹਿਗੁਰੂ। ਸੁਰਤ ਮਾਹੇ ਜੋ ਨਿਰਤੇ, ਇਹਦਾ ਪਤਾ ਲੱਗ ਗਿਆ। ਸੁਰਤ ਵਿੱਚ ਬੜਾ ਨਾਚ ਕਰਦੇ ਸੀ, ਗੱਲਾਂ ਕਰਦੇ ਸੀ, ਨੱਚਦੇ ਸੀ। ਵੇਖਿਆ ਚਾਰ ਕੁ ਪੈਸੇ ਆ ਜਾਣ 'ਤੇ ਬੰਦਾ ਅੰਦਰੋਂ ਮੂੰਹ ਤੋਂ ਨਹੀਂ ਬੋਲਦਾ, ਮਗਰ ਅੰਦਰੋਂ ਨੱਚਣ ਡਿਆ ਹੁੰਦਾ। ਆਖੋ ਵਾਹਿਗੁਰੂ। ਕਥਾ ਵਾਰਤਾ ਕਹਿਤੇ, ਹੁਣ ਕਥਾ ਨੂੰ ਫੜ ਕੇ ਨਾ ਕੀਰਤਨੀਆਂ ਸਿੰਘਾਂ ਅਤੇ ਉਹਨਾਂ ਨੂੰ ਮਸਕੀਨ ਸਾਹਿਬ ਨਾਲ ਜੋੜ ਲਿਆ। ਇਹਦਾ ਕੋਈ ਲੈਣਾ ਦੇਣਾ ਨਹੀਂ ਮਸਕੀਨ ਸਾਹਿਬ ਦੇ ਸਰੀਰ ਛੱਡਣ ਨਾਲ, ਮਗਰ 7 ਦਿਨ ਲਗਾਤਾਰ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਇੱਕ ਰਾਗੀ ਨੇ ਕਹਾਂ ਗਏ ਇੱਕ ਖੇਡ ਸੀ। ਇਹ ਤਾਂ ਕਿਤੇ ਕੋਈ ਗੁਰਮੁਖ ਰੂਹ ਜਿਹੜੀ ਅੰਦਰੋਂ ਚੁੱਪ ਹੋ ਗਈ ਹੋਵੇ ਉਹਦੀ ਕਹਾਣੀ ਆ। ਕੋਈ ਪਤਾ ਲੱਗਾ ਜੀ ਗੁਰੂ ਕੇ ਸਿੱਖੋ? ਅਤੇ ਕੋਈ ਕਰੋੜਾਂ ਵਿੱਚੋਂ ਇੱਕ ਹੁੰਦੀ ਜਿਹਦੀਆਂ ਤੰਦਾਂ ਸੰਸਾਰ ਨਾਲੋਂ ਟੁੱਟ ਗਈਆਂ, ਜਿਹੜਾ ਸੰਸਾਰ ਨਾਲੋਂ ਆਪਣਾ ਮੋਹ ਮਾਇਆ ਦੇ ਜਾਲ ਕੱਟ ਬੈਠਾ ਹੈ ਉਹਦੀ ਕਹਾਣੀ ਆ। ਕੱਲ੍ਹ ਨੂੰ ਪਰਮਜੀਤ ਸਿੰਘ ਮਰੇ ਅਤੇ ਤੁਸੀਂ ਗਾਉਣਾ ਸ਼ੁਰੂ ਕਰ, ਬਾਬਾ ਕਹਾਂ ਗਿਆ ਚਲੇ ਗਿਆ ਜਿੱਥੇ ਜੀ। ਪੰਚ ਤੱਤ ਕੋ ਤਨ ਰਚਿਓ ਜਾਣੋ ਚਤੁਰ ਸੁਜਾਨ, ਜੇ ਤੇ ਉਪਜਿਆ ਨਾਨਕਾ ਲੀਨ ਤਾਏ ਮੈਂ ਮਨ, ਜੈਸੇ ਜਲ ਤੇ ਬੁੱਧ ਬੁਧਾ ਉਪਜੇ ਬਿਨਸੇ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ। ਇਹ ਤਾਂ ਖੇਲ ਇੰਨਾ ਕੁ ਸੀ। ਆਹ ਜਿਹੜੀ ਕਹਾਣੀ ਬਾਬੇ ਕਬੀਰ ਜੀ ਨੇ ਉਚਾਰੀ ਹੈ ਨਾ, ਕੋਈ ਛੋਟੀ ਜਿਹੀ ਕਹਾਣੀ ਨਹੀਂ। ਆਖੋ ਵਾਹਿਗੁਰੂ। ਹੁਣ ਪਹਿਲੋਂ ਆਰੰਭਤਾ ਵਿੱਚ ਬਾਬਾ ਇੱਕ ਬੜੀ ਅਜੀਬ ਕਹਾਣੀ ਕਰਦਾ। ਮੇਰਾ ਬਾਬਾ ਕਬੀਰ ਕਹਿੰਦਾ ਗਗਨ ਨਗਰ, ਇਸ ਤਰ੍ਹਾਂ ਬੈਠੋ ਗਗਨ, ਕਿਹੜਾ ਸਰੀਰ ਦਾ ਗਗਨ ਨਗਰ ਕਿਹੜਾ ਹੈ? ਸਿਰ, ਦਸਵਾਂ ਦੁਆਰ। ਇੱਥੋਂ ਸਾਰੇ ਸਾਟ ਉੱਠਦੇ, ਇੱਥੋਂ ਸਾਰੇ ਫੁਰਨੇ ਉੱਠਦੇ, ਸਿਰ 'ਚੋਂ ਹੱਥਾਂ 'ਚੋਂ ਨਹੀਂ ਉੱਠਦੇ। ਸ਼ਬਦ ਕਿੰਨਾ ਸੋਹਣਾ, ਗਗਨ ਨਗਰ ਇੱਕ ਬੂੰਦ ਨਾ ਵਰਖੇ, ਫੁਰਨੇ ਦੀ ਇੱਕ ਹੁਣ ਬੂੰਦ ਵੀ ਉੱਥੋਂ ਨਹੀਂ ਡਿੱਗਦੀ। ਸੁੰਨ ਹੋ ਗਿਆ ਦਿਮਾਗ, ਅੰਤਰ ਸੁਨੰਗ ਬਾਹਰ ਸੁਨੰਗ ਤਰੈ ਪੁਣ ਸੁਨ ਮਸੁਨ। ਇੰਦਰਜੀਤ ਸਿੰਘ ਨਹੀਂ ਸੁਣੀ ਜਾਣੀ ਇਹ ਕਥਾ, ਮੈਨੂੰ ਪਤਾ ਸੀ ਨਹੀਂ ਸੁਣੀ ਜਾਣੀ, ਮਗਰ ਮੈਨੂੰ ਜਿਸ ਬੱਚੇ ਨੇ ਕਿਹਾ ਮੈਨੂੰ ਉਹਦੇ ਚਿਹਰੇ 'ਤੇ ਮਸੂਮੀਅਤ ਦਿਸੀ, ਉਹ ਜਾਣਨਾ ਚਾਹੁੰਦਾ ਸੀ, ਛੋਟੀ ਉਮਰ ਦਾ ਹੈ। ਆਖੋ ਵਾਹਿਗੁਰੂ। ਉੱਤੇ ਗੁਰੂ ਨਾਨਕ ਨੇ ਨਜ਼ਰ ਕੀਤੀ, ਕਹਿੰਦਾ ਦੋ ਸ਼ਬਦਾਂ ਦੀ ਵਿਆਖਿਆ ਸੁਣਾ ਕੇ ਜਾਇਓ, ਰੱਬੀ ਆਪਾਂ ਪੱਟੀ ਪੂਰੀ ਕਰ ਲਈ ਅਤੇ ਦੋ ਹੀ ਦੀਵਾਨ ਨੇ ਤੁਹਾਡੇ ਕੋਲ। ਆਖੋ ਵਾਹਿਗੁਰੂ। ਅਤੇ ਉਹ ਦੀਵਾਨ ਦੇ ਵਿੱਚ ਹੁਣ ਆਪਾਂ ਇਹ ਵਿਚਾਰ ਕਰਨੇ ਵੀ ਜਿਹੜਾ ਆ ਗਗਨ ਨਗਰ ਹੈ ਇਹ ਫੁਰਨਿਆਂ ਦਾ ਘਰ ਆ। ਹੱਥ ਭਾਵੇਂ ਕਿਸੇ ਦੇ ਸ਼ਾਂਤ ਹੋ ਕੇ ਇਸ ਤਰ੍ਹਾਂ ਪਏ ਹੋਣ, ਪੈਰ ਕਿਸੇ ਦੇ ਸ਼ਾਂਤ ਹੋ ਗਏ ਹੋਣ, ਸਰੀਰ ਕਿਸੇ ਦਾ ਸ਼ਾਂਤ ਹੋ ਗਏ, ਇਹ ਨਹੀਂ ਸ਼ਾਂਤ ਹੁੰਦਾ, ਇੱਥੇ ਬੋਲ ਉੱਠਦੇ ਹੀ ਰਹਿੰਦੇ। ਹੁਣ ਬਾਬਾ ਕਬੀਰ ਕਹਿੰਦਾ ਐਸੀ ਕਹਾਣੀ ਰੱਬ ਦੀ ਚੱਲੀ, ਪਤਾ ਲੱਗ ਰਿਹਾ ਵਿਧਾਨ ਸਭਾ, ਐਸੀ ਕਹਾਣੀ ਰੱਬ ਦੀ ਚੱਲੀ ਉੱਥੋਂ ਹੁਣ ਇੱਕ ਵੀ ਫੁਰਨੇ ਦੀ ਬੂੰਦ ਨਹੀਂ ਡਿੱਗਦੀ, ਸ਼ਾਂਤ ਹੋ ਗਿਆ। ਗਗਨ ਨਗਰ ਇੱਕ ਬੂੰਦ ਨਾ ਬਰਖੈ ਨਾਦ ਕਹਾਂ ਜੋ ਸਮਾਨਾ। ਉਹ ਜਿਹੜੇ ਨਾਦ ਗੱਲਾਂ ਹੁੰਦੀਆਂ ਸੀ ਅੰਦਰ ਹੁੰਦੀਆਂ ਰਹਿੰਦੀਆਂ ਕਿ ਨਹੀਂ ਬੋਲੋ, ਇੱਥੇ ਤਾਂ ਦਿਨ ਦੀ ਤਾਂ ਗੱਲ ਛੱਡੋ, ਅੱਖਾਂ ਮੀਟ ਕੇ ਸੌਂ ਗਏ ਹੋ ਤਾਂ ਹੀ ਲੋਕ ਡਿਪਰੈਸ਼ਨ 'ਚ ਜਾਂਦੇ ਜੇ। ਇਹ ਡਿਪਰੈਸ਼ਨ ਦਾ ਮੂਲ ਜੇ ਮੁੱਢ ਜੇ ਵੀ ਤੁਸੀਂ ਸੁੱਤੇ ਹੋ ਅਤੇ ਗੱਲਾਂ ਫਿਰ ਹੋਣ ਡੀਆਂ ਹੋਣ, ਕਦੋਂ ਆਰਾਮ ਦਿਓਗੇ ਆਪਣੀ ਸੁਰਤ ਨੂੰ? ਭਗਤ ਨੂੰ ਆਉਂਦਾ ਜੇ ਆਰਾਮ,
ਉਹ ਰੱਬ ਦੇ ਪਿਆਰਿਆਂ ਨੂੰ ਆਰਾਮ ਆਉਂਦਾ ਜੇ ਜਾ ਤਿੰਨ ਸਵਾਲਿਆ ਤਾਂ ਸੌਂ ਰਿਹਾ, ਉਹਨੇ ਸਵਾਇਆ ਅਤੇ ਸੱਚੀ ਮੁੱਚੀ ਅੰਦਰੋਂ ਬਾਹਰੋਂ ਹੀ ਸੌਂ ਗਿਆ। ਜਿੰਨਾ ਭਗਤ ਤਾਜ਼ਾ ਹੋ ਕੇ ਉੱਠਦਾ ਸੁੱਤਾ ਉਹਦਾ ਚਿਹਰਾ ਵੇਖਣ ਵਾਲਾ ਹੁੰਦਾ, ਕਿੰਨੀ ਮਾਸੂਮੀਅਤ ਕਿੰਨੀ ਐਨਰਜੀ ਉਹਦੇ ਕੋਲ ਆ ਗਈ ਹੁੰਦੀ ਆ ਜਦੋਂ ਕੋਈ ਚੁੱਪ ਕਰਕੇ ਸੌਂ ਕੇ ਦਿੰਦਾ ਹੈ। ਆਪਾਂ ਤਾਂ ਸੌਂ ਕੇ ਵੀ ਚੁੱਪ ਨਹੀਂ ਹੋ ਸਕਦੇ, ਇਸ ਤਰ੍ਹਾਂ ਹੀ ਹੈ ਜੀ। ਬੋਲੋ ਗੁਰੂ ਚੱਲਦਾ ਤੁਹਾਨੂੰ ਦੱਸੋ ਨਾ ਮੈਨੂੰ ਇੱਕ ਵਾਰ ਦੱਸ ਦਿਓ। ਸਾਰਿਆਂ ਦੇ ਅੰਦਰ ਫੁਰਨੇ ਸੁੱਤੇ ਪਿਆ ਵੀ ਚੱਲਦੇ ਰਹਿੰਦੇ, ਤੁਹਾਨੂੰ ਅਜੇ ਨੀਂਦ ਨਹੀਂ ਆਈ, ਤੁਸੀਂ ਅੱਖਾਂ ਮੀਟੀਆਂ ਨੇ, ਗੱਲਾਂ ਹੋ ਰਹੀਆਂ, ਪਾਗਲ ਹੋ ਜਾਓਗੇ। ਰੱਬ ਦਾ ਸਿਮਰਨ ਕਰੋ। ਨਾਨਕ ਮਨ ਹੀ ਕੋ ਮਨ ਮਾਰਸੀ, ਜਿਹੜਾ ਤੁਹਾਡਾ ਮਨ ਫੁਰਨੇ ਬਣਾ ਰਿਹਾ ਨਾ, ਇਹਨੂੰ ਕਿਸੇ ਗੋਲੀ ਨੇ ਨਹੀਂ ਮਾਰਨਾ, ਇਹਨੂੰ ਮਨ ਨੇ ਹੀ ਮਾਰਨਾ ਹੈ। ਮਨਮਣੇ ਵਿਚਾਰ, ਮਨਮਣੇ ਇਹ ਜਿਹੜੇ ਤੁਹਾਡੇ ਵਿਚਾਰ ਉੱਠਣ ਡੇ, ਇਹਨਾਂ ਨੂੰ ਖਤਮ ਵੀ ਵਿਚਾਰ ਨੇ ਹੀ ਕਰਨਾ ਹੈ। ਜਦੋਂ ਤੁਸੀਂ ਬਾਣੀ ਪੜ੍ਹਨੀ ਸ਼ੁਰੂ ਕਰਤੀ, ਬਾਣੀ ਵਿਚਾਰਨੀ ਸ਼ੁਰੂ ਕਰਤੀ, ਜਦੋਂ ਸੌਂਗੇ ਜਾਂ ਤਿੰਨ ਸਵਾਲਿਆ ਤਾਂ ਸੰਵਰਿਆ ਜਗਾਲੇ ਜਾਗੇ ਸੋਏ, ਜਿਹਨੂੰ ਉਹਨੇ ਉਹ ਜਾਗੂ ਨਹੀਂ ਨਹੀਂ ਅਜੇ ਉਹ ਅਰਥ ਨਹੀਂ ਗਾ, ਜਦੋਂ ਉਹਨੇ ਜਗਾਇਆ ਉਹਨੇ ਆਖਣਾ ਚੱਲ ਹੁਣ ਉੱਠ। ਇਹ ਨਹੀਂ ਵੀ ਸੁੱਤਾ ਪਿਆ ਵੀ ਜਾਗਣ ਡਿਆ ਹੈ, ਐਂ ਸੌਂ ਗਿਆ, ਲਾਗੋਂ ਦੀ ਕੋਈ ਲੰਘ ਗਿਆ, ਸੱਪ ਲੰਘ ਗਿਆ, ਦੂਸਰਾ ਉਹ ਵੀ ਤਾਂ ਸੁੱਤਾ ਹੀ ਸੀ ਤੁਹਾਡਾ ਬਾਬਾ ਵੀ। ਸੁੱਤਾ ਸੀ ਨਾ, ਆਖਿਰ ਸੱਪ ਵੀ ਲਾਗੋਂ ਦੀ ਸਰੀਰ ਤੋਂ ਦੀ ਲੰਘੇ ਤਾਂ ਪਤਾ ਤਾਂ ਲੱਗਦਾ ਨਾ, ਜੇ ਸੁੱਤੇ ਨਾ ਹੋਈਏ ਤਾਂ। ਉਹਨੂੰ ਕਹਿੰਦੇ ਸੁੱਤਾ ਜਿਹੜਾ ਐਂ ਆਨੰਦ ਵਿੱਚ ਪਿਆ ਸੀ, ਸੱਪ ਨੇ ਛਾਂ ਕੀਤੀ ਸੀ ਪਤਾ ਹੀ ਨਹੀਂ। ਆਖੋ ਵਾਹਿਗੁਰੂ, ਸੁਸਤੀ ਤਾਂ ਨਹੀਂ ਪਈ, ਚੰਗਾ। ਗਗਨ ਨਗਰ ਇੱਕ ਬੂੰਦ ਨਾ ਵਰਖੇ, ਹੁਣ ਗਗਨ ਨਗਰ 'ਚੋਂ ਇੱਕ ਵੀ ਬੂੰਦ ਨਹੀਂ ਡਿੱਗਦੀ। ਨਾਦ ਕਹਾਂ ਜੋ ਸਮਾਨਾ, ਜਿਹੜੇ ਅੰਦਰ ਫੁਰਨੇ ਉੱਠਦੇ ਸੀ ਗੱਲਾਂ ਹੁੰਦੀਆਂ ਉਹ ਕਿੱਥੇ ਚਲੇ ਗਈਆਂ? ਪਰ ਬ੍ਰਹਮ ਆ ਦੱਸਣ ਲੱਗੇ ਕਿੱਥੇ ਗਿਆ, ਪਰ ਬ੍ਰਹਮ ਪਰਮੇਸ਼ਰ ਮਾਦੋ ਪਰਮਹੰਸ ਲੇ ਸਧਨ, ਜਿਹਦਾ ਸਿਮਰਨ ਕੀਤਾ ਸੀ ਨਾ ਉਹ ਸਾਰੇ ਫੁਰਨੇ ਲੈ ਕੇ ਗਾਂ ਗਿਆ। ਨਹੀਂ ਅਜੇ ਪਤਾ ਲੱਗਾ, ਫਿਰ ਦੱਸਾਂ। ਪਾਰਬ੍ਰਹਮ ਪਰਮੇਸ਼ਰ ਮਾਧੋ ਅਤੇ ਪਰਮਹੰਸ ਤੱਕ ਇੱਕੋ ਹੀ ਅਰਥ ਹੈ ਰੱਬ। ਪਾਰਬ੍ਰਹਮ ਪਰਮੇਸ਼ਰ ਮਾਧੋ ਅਤੇ ਪਰਮਹੰਸ ਵਾਹਿਗੁਰੂ ਪਰਮੇਸ਼ਰ, ਉਹ ਸਾਰੇ ਫੁਰਨੇ। ਧੂੰਆਂ ਕਿੰਨਾ ਹੋਇਆ ਹੋਵੇ ਸਮਾਨ ਦੇ ਵਿੱਚ ਅਤੇ ਤੁਹਾਡੀ ਜਾਨ ਨਿਕਲਣ ਡੀ ਹੋਵੇ, ਹਵਾ ਦਾ ਬੁੱਲਾ ਕੀ ਕਰਦਾ, ਉਡਾ ਕੇ ਲੈ ਜਾਂਦਾ ਨਾ। ਆਖੋ ਵਾਹਿਗੁਰੂ। ਇਸੇ ਤਰ੍ਹਾਂ ਹੀ ਜਿੱਦਣ ਕਿਤੇ ਰੱਬ ਦੇ ਨਾਮ ਦੇ ਬੁੱਲੇ ਆਉਂਦੇ ਆ ਨਾ, ਬੁੱਲੇ ਜਿੰਨਾ ਵਿਚਾਰਾਂ ਦਾ ਗੰਦ ਆ ਉਹਨੂੰ ਉਡਾ ਕੇ ਲੈ ਜਾਂਦੇ, ਆਖੋ ਵਾਹਿਗੁਰੂ। ਇੱਥੇ ਜਵਾਬ ਕੀ ਆਇਆ, ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮਹੰਸ ਲੇ ਸਧਾਨਾ, ਲੈ ਕੇ ਚਲੇ ਗਿਆ। ਉਹ ਜਵਾਬ ਆ ਗਿਆ, ਪਹਿਲਾਂ ਕਿੰਨੀਆਂ ਗੱਲਾਂ 'ਚ ਕੁਐਸਚਨ ਸੀ ਵੀ ਕਿੱਥੇ ਚਲੇ ਗਏ, ਕਿੱਥੇ ਚਲੇ ਗਏ, ਬਾਬਾ ਬੋਲ ਤੇ ਕਹਾਂ ਗਏ। ਪਹਿਲੀ ਗੱਲ ਤਾਂ ਪਹਿਲਾਂ ਆਪਾਂ ਪਾਠ ਹੀ ਇਤਨਾ ਕਰਦੇ, ਬਾਬਾ ਬੋਲ ਤੇ ਇਤਨਾ ਪਾਠ ਥੋੜ੍ਹਾ, ਬਾਬਾ ਬੋਲ ਤੇ ਜਿਹੜੇ ਅੰਦਰ ਗੱਲਾਂ ਕਰਦੇ ਸੀ ਤੇ ਕਹਾਂ ਗਏ, ਤੇ ਕਹਾਂ ਗਏ, ਉਹ ਕਿੱਥੇ ਚਲੇ ਗਏ ਨੇ? ਆਖੋ ਵਾਹਿਗੁਰੂ। ਅੱਗੇ ਜਾ ਕੇ ਸਤਿਗੁਰੂ ਨੇ, ਗਰੀਬ ਨਿਵਾਜ ਨੇ ਇੱਕ ਸ਼ਬਦ ਪਏ ਆ, ਇੱਕ ਮੰਦਰ ਸੀ, ਆਖੋ ਵਾਹਿਗੁਰੂ। ਇੱਕ ਮੰਦਰ ਦੀ ਫੋਟੋ ਬਣਾਓ ਜੀ ਥੋੜ੍ਹੀ ਜਿਹੀ। ਇੱਕ ਮੰਦਰ ਦੇ ਵਿੱਚ ਪੁਜਾਰੀ ਰਹਿੰਦਾ ਸੀ, ਆਖੋ ਵਾਹਿਗੁਰੂ, ਉੱਚੀ ਬੋਲੋ, ਟਿਕ ਟਿਕ ਕੇ ਬੋਲੋ, ਪਤਾ ਲੱਗ ਰਿਹਾ ਪੁੱਤਰ? ਆ ਚਸ਼ਮੇ ਵਾਲੇ ਪੁੱਤ ਨੂੰ ਪਤਾ ਲੱਗ ਰਿਹਾ? ਥੋੜ੍ਹੀ ਸੁਸਤੀ ਪਈ ਸੀ, ਮੰਨ ਜਾ, ਆਖੋ ਵਾਹਿਗੁਰੂ। ਇੱਕ ਮੰਦਰ ਸੀ, ਉਹਦੇ ਵਿੱਚ ਇੱਕ ਪੁਜਾਰੀ ਰਹਿੰਦਾ ਸੀ।
ਰੋਜ਼ ਝਾੜੂ ਮਾਰਦਾ ਸੀ, ਸੰਖ ਵੀ ਪੂਰਦਾ ਸੀ, ਇਹ ਖਬਰ ਸੀ ਵੀ ਇੱਥੇ ਕੋਈ ਰਹਿੰਦਾ ਹੈ। ਕਈ ਦਿਨਾਂ ਤੋਂ ਮੰਦਰ ਦੇ ਵਿੱਚ ਝਾੜੂ ਵੀ ਨਾ ਵੱਜਾ, ਆਖੋ ਵਾਹਿਗੁਰੂ ਝਾੜੂ, ਕੋਈ ਸਫਾਈ ਨਹੀਂ ਹੋਈ, ਕੋਈ ਸੰਖ ਨਹੀਂ ਪੂਰਿਆ, ਅਤੇ ਕੀ ਕਹਿਣਗੇ ਲੋਕ? ਇਸ ਮੰਦਰ 'ਚ ਇੱਕ ਪੁਜਾਰੀ ਰਹਿੰਦਾ ਸੀ, ਕਿੱਥੇ ਚਲੇ ਗਿਆ? ਸੱਚਮੁੱਚੀ ਜਿਨ੍ਹਾਂ ਦਾ ਅੰਦਰਲਾ ਮਰ ਗਿਆ ਨਾ, ਉਹ ਲਿਪਸਟਿਕਾਂ ਨਹੀਂ ਲਾਉਂਦੀਆਂ, ਉਹ ਦਾੜੀਆਂ ਕਾਲੀਆਂ ਨਹੀਂ ਕਰਦੇ। ਜਿਹੜਾ ਦਾੜੀ ਕਾਲੀ ਕਰਨ ਵਾਲਾ ਸੀ, ਲਿਪਸਟਿਕਾਂ ਲਾਉਣ ਵਾਲਾ ਮੇਰੇ ਅੰਦਰ ਬੈਠਾ ਸੀ, ਉਹ ਤਾਂ ਮਰ ਗਿਆ, ਮਾਰ ਦਿੱਤਾ ਉਹਨੇ, ਮਰਿਆ ਨਹੀਂ, ਇਸ ਚੀਜ਼ ਨੇ ਮਾਰਤਾ। ਵਾਹਿਗੁਰੂ 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 ਪਕੜ ਚ ਪਕੜ ਚ ਲਿਆ ਕੇ ਗੱਲ ਨੂੰ। ਵਾਹਿਗੁਰੂ 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 ਆਖੋ ਸਤਨਾਮ ਸ੍ਰੀ ਵਾਹਿਗੁਰੂ। ਆ ਜਵਾਬ ਦਿਓ ਹੁਣ ਮੈਨੂੰ, ਤੁਸੀਂ ਉੱਤੇ ਪੜ੍ਹ ਲਿਆ ਵੀ ਕੌਣ ਲੈ ਗਿਆ ਸਭ ਕੁਛ? ਪਰਮ ਹੰਸ ਲੇ ਸਿਧਾਨ। ਅੱਗੇ ਜਾ ਕੇ ਮੰਦਰ ਦੀ ਗੱਲ ਕੀਤੀ ਵੀ ਜਿਹੜਾ ਮੰਦਰ ਵਿੱਚ ਸੰਖ ਵਜਾਉਂਦਾ ਸੀ, ਵਜਾਵਣ ਹਾਰੋ ਉੱਤੇ ਪੜ੍ਹੋ, ਅਤੇ ਫਿਰ ਮੈਨੂੰ ਪਤਾ ਲੱਗੇ ਵੀ ਤੁਹਾਡੀ ਸੁਰਤ ਨਾਲ ਨਾਲ ਤੁਰੀ ਜਾਣ ਲਈ। ਉਹ ਆਓ ਵੇਖੋ, ਆਇਆ ਨਹੀਂ ਲਿਆ ਵੀ? ਓਹੋ ਆਖੋ ਵਾਹਿਗੁਰੂ ਵਜਾਵਣ ਹਾਰੋ। ਉਹ ਜਿਹੜਾ ਮੰਦਰ ਇਸ ਮੰਦਰ ਵਿੱਚ ਬੋਲਦਾ ਸੀ, ਉਹ ਸੰਖ ਵਜਾਉਣ ਵਾਲਾ, ਤੁਰੀਆਂ ਵਜਾਉਣ ਵਾਲਾ ਕਿੱਥੇ ਚਲੇ ਗਿਆ? ਹੁਣ ਵੇਖੋ ਸ਼ਬਦ ਕੀ ਆ ਅਤੇ ਅਰਥ ਕੀ ਕਰਦੇ। ਵਜਾਵਣ ਹਾਰੋ ਕਾਂ ਗਇਓ ਜਿਨ ਇਹ ਮੰਦਰ ਕੀਨਾ, ਜਿਹਨੇ ਮਨ ਨੇ ਬਣਾਇਆ ਵੀ ਮੈਂ ਸਰੀਰ ਹਾਂ। ਆਹ ਨੋਟ ਕਰਿਓ ਥੋੜ੍ਹਾ ਜਿਹਾ ਬਰੀਕੀ, ਮਨ ਨੇ ਮੰਨਿਆ ਵੀ ਮੈਂ ਸਰੀਰ ਹਾਂ, ਇਹਨੇ ਹੀ ਮੰਦਰ ਬਣਾਇਆ, ਇਹਨੇ ਹੀ ਆਖਿਆ ਮੈਂ ਸਰੀਰ ਹਾਂ। ਆਖੋ ਵਾਹਿਗੁਰੂ। ਉਹ ਮਨ ਹੀ ਜਦੋਂ ਚਲੇ ਗਿਆ ਵਿੱਚੋਂ, ਮਨ ਮਰ ਗਿਆ, ਮਨ ਹੀ ਉੱਠ ਕੇ ਚਲੇ ਗਿਆ ਵਿੱਚੋਂ, ਹੁਣ ਰਹਿ ਗਿਆ ਜਾਂ ਤਾਂ ਆਪ ਵਾਹਿਗੁਰੂ ਪਰਮੇਸ਼ੁਰ ਅਤੇ ਸੁੰਨ ਹੋ ਗਿਆ, ਮਨ ਗਿਆ, ਫੁਰਨੇ ਸਾਰੇ ਬੰਦ ਹੋ ਗਏ। ਵਜਾਵਣ ਹਾਰੋ ਕਾਂ ਗਇਓ ਜਿਨ ਇਹ ਮੰਦਰ ਕੀਨਾ, ਸਾਖੀ ਸ਼ਬਦ ਸੁਰਤ ਨਹੀਂ ਉਪਜੇ। ਹੁਣ ਕੋਈ ਗੱਲਾਂ ਕੋਈ ਸ਼ਬਦ ਅੰਦਰ ਪੈਦਾ ਹੀ ਨਹੀਂ ਹੁੰਦੇ, ਕਿੱਥੇ ਚਲੇ ਗਏ? ਖਿੰਚ ਤੇਜ ਸਭ ਲੀਨਾ, ਜਿਹੜਾ ਬਲ ਜਿਹੜੀ ਐਨਰਜੀ ਅੱਗੇ ਗੱਲਾਂ ਕਰਦੀ ਸੀ ਅਤੇ ਇੱਕ ਫੁਰਨਾ ਬੰਦ ਨਹੀਂ ਸੀ ਹੁੰਦਾ ਅਤੇ ਦੂਸਰਾ ਫਿਰ ਸ਼ੁਰੂ ਹੋ ਜਾਂਦਾ ਸੀ, ਉਹ ਸਾਰਾ ਤੇਜ ਤਪ ਖਿੱਚਿਆ ਗਿਆ ਹੈ, ਕਿਸੇ ਨੇ ਖੋਇਆ ਨਹੀਂ। ਵਾਹਿਗੁਰੂ 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 ਕਰਦਿਆਂ ਉਹ ਜਿਹੜਾ ਫੁਰਨੇ ਬਣਾਉਣ ਵਾਲਾ ਸੀ ਉਹ ਮਰ ਗਿਆ ਹੈ, ਉਹਦਾ ਬਲ ਸਾਰਾ ਖੁੱਸ ਗਿਆ ਹੈ, ਪਤਾ ਲੱਗ ਰਿਹਾ ਵੀ? ਆਖੋ ਵਾਹਿਗੁਰੂ। ਖਿੰਚ ਤੇਜ ਸਭ ਲੀਨਾ, ਅੱਗੇ ਫਿਰ ਕਿਹਾ ਜੇ ਸਰਵਣ ਬਿਕਲ ਭਏ, ਅੱਗੇ ਤੇ ਉਹ ਉੱਥੇ ਕਿਤੇ ਗਾਣਾ ਵੱਜਣ ਡਿਆ ਹੁੰਦਾ ਸੀ ਨਾ, ਅਤੇ ਗੱਲਾਂ ਘਰ ਵਾਲੀ ਨਾ ਕਰ ਰਿਹਾ ਹੈ ਅਤੇ ਕੰਨ ਉੱਥੋਂ ਐਂਟੀਨਾ ਖਿੱਚ ਰਿਹਾ ਹੈ ਵੀ ਗਾਣਾ ਕਿੱਥੇ ਵੱਜ ਰਿਹਾ, ਪਤਾ ਲੱਗ ਰਿਹਾ ਜੀ? ਚੁਗਲੀ ਦੂਸਰੇ ਘਰ 'ਚ ਨਹੁੰ ਗੱਲ ਕਰ ਰਹੀ ਅਤੇ ਸੱਸ ਕੰਨ ਲਾ ਕੇ ਸੁਣ ਰਹੀ ਵੀ ਮੇਰੀ ਨਹੁੰ ਦੂਸਰੇ ਘਰ 'ਚ ਖਲੋਤੀ ਮੇਰੇ ਲਈ ਕੀ ਗੱਲ ਕਰ ਰਹੀ। ਬਾਬਾ ਕਹਿੰਦਾ ਉਹ ਕੰਨ ਵੀ ਗਏ, ਬੇਅਕਲ ਹੋ ਗਏ, ਸੁਣਦੇ ਹੀ ਕੁਛ ਨਹੀਂ। ਹੋਏ ਹੋਏ ਹੋਏ, ਤੁਸੀਂ ਅਤੇ ਮੈਂ ਤਾਂ ਪਤਾ ਨਹੀਂ ਕਿਸੇ ਭਾਗਾਂ ਵਾਲੇ ਨੇ ਇਹੋ ਜਿਹੇ ਦਰਸ਼ਨ ਕੀਤੇ ਹੋਣਗੇ। ਆਖੋ ਵਾਹਿਗੁਰੂ
ਕਹਿ ਜੀ ਬੋਲੋ। ਮੈਂ ਕੀ ਕਿਹਾ ਇੰਦਰਜੀਤ ਸਿੰਘ, ਕਿਸੇ ਭਾਗਾਂ ਵਾਲੇ ਨੇ ਇਹੋ ਜਿਹਾ ਦੇ ਦਿੱਤਾ, ਤੁਸੀਂ ਤਾਂ ਕੀਤੇ ਜਨ ਇੱਥੇ ਤੌਲੀਆ, ਇੱਥੇ ਰੁਮਾਲ, ਇਹਨਾਂ ਨੇ ਪਰਫਿਊਮ ਸੁੱਟਿਆ ਉੱਤੇ। ਇਹ ਜੀ ਸੰਤ ਜੀ ਜਾ ਰਹੇ, ਇਹ ਤਾਂ ਜੀਂਦਾ ਹੈ ਅਜੇ, ਇਹ ਤਾਂ ਅਜੇ ਜਿਹਨੂੰ ਪਰਫਿਊਮ ਦੀ ਸੁਰਤ ਆ ਉਹ ਤਾਂ ਅਜੇ, ਅਤੇ ਜਿਹੜਾ ਮੁੱਛਾਂ ਨੂੰ ਕੜੀ ਮੁੜੀ, ਇਹ ਤਾਂ ਜੀਂਦੇ ਨੇ। ਅਤੇ ਸੱਚੀ ਮੁੱਚੀ ਮੈਂ ਮਸਕੀਨ ਸਾਹਿਬ ਨੂੰ ਜਾਂਦਿਆਂ ਤੱਕ ਵੇਖਿਆ, ਉਹਨਾਂ ਨੇ ਦਾੜੀ ਦੂੜੀ ਐਂ ਪ੍ਰੈਸ ਕੀਤੀ ਸੀ, ਕੀਤੀ ਕਿ ਨਹੀਂ ਬੋਲੋ ਨਾ, ਮੈਂ ਕੋਈ ਨਿੰਦਾ ਥੋੜ੍ਹੀ ਕਰ ਰਿਹਾ, ਵਿੱਦਿਆ ਉਹਦੀ ਅੱਗੇ ਤਾਂ ਮੇਰਾ ਸਿਰ ਨਿਉਂਦਾ ਹੈ ਜਿੱਥੇ ਵਿੱਦਿਆ ਦੀ ਗੱਲ ਸੀ, ਮਗਰ ਜਿੱਦਣ ਸਰੀਰ ਛੱਡਿਆ ਵੀ ਆ ਉਦਣ ਵੀ ਦਾੜੀ ਦੂੜੀ ਇਸ ਤਰ੍ਹਾਂ ਵਧੀ ਸੀ। ਮਰੇ ਹੋਏ ਦੀ ਇਹ ਕਹਾਣੀ ਨਹੀਂ ਹੁੰਦੀ, ਇੱਕ ਵਿਦਵਾਨ ਕੋਈ ਹੋ ਸਕਦਾ ਹੈ। ਆਖੋ ਵਾਹਿਗੁਰੂ, ਕੀ ਕਿਹਾ ਮੈਂ, ਇੱਕ ਚੰਗਾ ਵਿਦਵਾਨ, ਟੋਪ ਕਲਾਸ ਵਿਦਵਾਨ ਹੋ ਸਕਦਾ ਜਿਹਦੇ ਵਰਗਾ ਅਜੇ ਕੋਈ ਕਥਾਵਾਚਕ ਨਹੀਂ। ਅਸੀਂ ਕਈ ਉਹ ਤੋਂ ਬਾਅਦ ਉੱਠੇ ਹਾਂ ਮਗਰ ਉਹਦੇ ਪੈਰ ਵਰਗੇ ਨਹੀਂ ਜਿੰਨਾ ਉਹ ਗਿਆਨੀ ਆ। ਆਖੋ ਵਾਹਿਗੁਰੂ। ਮਰ ਜਾਣਾ ਕਹਾਣੀ ਕੋਈ ਵੱਖਰੀ, ਸਭ ਕੁਝ ਖਤਮ ਹੋ ਜਾਣਾ ਕੋਈ ਕਹਾਣੀ ਵੱਖਰੀ। ਇੱਥੇ ਵੇਖੋ, ਸਰਵਣ ਵਿਕਲ ਭੈ ਸੰਗ ਤੇਰੇ, ਤੇਰਾ ਸਿਮਰਨ ਕੀਤਾ ਅਤੇ ਸਾਰੇ ਵਿਕਲ ਹੋ ਗਏ। ਇਸ ਜੀਵ ਆਤਮਾ ਨੂੰ ਕਿਹਾ ਜਾ ਰਿਹਾ, ਇੰਦਰੀ ਕਾ ਬਲ ਥਾਕਾ, ਕਾਮ ਚੇਸ਼ਟਾ ਜਿੰਨੀ ਅੰਦਰ ਉੱਠਦੀ ਸੀ ਨਾ, ਸ਼ਾਂਤ ਹੋ ਚੁੱਕੀ। ਨਾ ਅੱਖਾਂ ਕਿਸੇ ਨੂੰ ਵੇਖਣ ਨੂੰ ਪਰਾਇਆ ਰੂਪ ਵੇਖਦੀਆਂ, ਨਾ ਕੰਨ ਚੁਗਲੀ ਸੁਣਦੇ, ਪਤਾ ਲੱਗ ਰਿਹਾ ਜੀ, ਨਾ ਜੀਭਾ ਨਿੰਦਾ ਕਰਦੀ, ਉਹ ਸਭ ਕੁਝ ਦਾ ਭੋਗ ਪੈ ਗਿਆ। ਸਰਵਣ ਵਿਕਲ ਭਏ ਸੰਗ ਤੇਰੇ, ਇੰਦਰੀ ਕਾ ਬਲ ਥਾਕਾ, ਚਰਨ ਰਹੇ ਕਰ ਢਰਕ ਪਏ ਹੈ, ਚਰਨ ਥੱਕ ਗਏ ਨੇ ਹੁਣ। ਸੱਚਮੁੱਚੀ ਜਿਹੜਾ ਟਿਕਿਆ ਹੁੰਦਾ ਨਾ ਉਹ ਭੱਜਿਆ ਨਹੀਂ ਫਿਰਦਾ। ਆਖੋ ਵਾਹਿਗੁਰੂ। ਮੈਂ ਕਿਹਾ ਚਲੋ ਜੀ ਅਸੀਂ ਦਰਬਾਰ ਸਾਹਿਬ ਚੱਲੇ ਹਾਂ, 3 ਮਿੰਟ ਰਹਿ ਗਏ ਟਿਕਿਓ, ਦਰਬਾਰ ਸਾਹਿਬ ਚੱਲੇ ਹਾਂ। ਇਹ ਵੀ ਨਾਲ ਸੀ ਸਿੰਘ, ਕਿਸੇ ਟਿਕੇ ਹੋਏ ਨੂੰ, ਗੁਆਚੇ ਹੋਏ ਨੂੰ ਅਸੀਂ ਆਖਿਆ ਚਲੋ ਦਰਬਾਰ ਸਾਹਿਬ ਤੁਸੀਂ ਵੀ ਇਸ਼ਨਾਨ ਕਰੋ। ਕਹਿੰਦਾ ਤੁਸੀਂ ਜਾਣ ਆਉਣ ਵਿੱਚ ਰਹੋ, ਮੈਂ ਤਾਂ ਉੱਥੋਂ ਆਉਂਦਾ ਹੀ ਨਹੀਂ, ਬਹਿ ਗਿਆ ਬਸ। ਇੱਕ ਵਾਰ ਗਿਆ ਸਾਂ, ਆਇਆ ਹੀ ਨਹੀਂ, ਉਹ ਪੈਰ ਹੀ ਨਹੀਂ ਰਹੇ ਆਉਣ ਅਤੇ ਜਾਣ ਵਾਲੇ। ਇੱਕ ਵਾਰ ਵੱਜ ਗਿਆ ਚੌਂਕੜਾ ਜਿੱਥੇ ਵੱਜ ਗਿਆ, ਸਰੀਰ ਇੱਥੇ ਭਾਵੇਂ ਬੈਠਾ ਹੋਵੇ ਮੈਂ ਤਾਂ ਉੱਥੇ ਹੀ ਬੈਠਾ, ਨਹੀਂ ਪਤਾ ਲੱਗਾ ਜੀ ਸਰੀਰ ਇੱਥੇ ਆ ਗਿਆ ਚਲੇ ਗਿਆ, ਉਹ ਤੁਸੀਂ ਲੱਗੇ ਰਹੋ। ਆਖੋ ਵਾਹਿਗੁਰੂ। ਫਿਰ ਮੈਂ ਸਰੋਵਰ ਦੇ ਕੰਢੇ 'ਤੇ ਜਾ ਕੇ ਆਖਿਆ ਅੱਜ ਮਾਘੀ ਵਾਲਾ ਦਿਨ ਆ, ਇਸ਼ਨਾਨ ਤੁਸੀਂ ਵੀ ਕਰ ਲਓ। ਕਹਿੰਦਾ ਆਪਣੇ ਕਰ ਲਈਆ? ਮੈਂ ਕਿਹਾ ਹਾਂਜੀ। ਕਹਿੰਦੇ ਇਸ਼ਨਾਨ ਕਰਨੇ ਕੀ ਕਬ ਜ਼ਰੂਰਤ ਪੜਦੀ ਹੈ? ਜਦੋਂ ਮੈਲ ਲੱਗ ਜਾਏ, ਨਹੀਂ ਪਤਾ ਲੱਗਾ, ਜਬ ਤੋ ਜਬ ਮੈਲੇ ਹੀ ਨਾ ਹੋ, ਅੱਖਾਂ ਮੈਲੀਆਂ ਨਾ ਹੋਈਆਂ, ਕੰਨ ਮੈਲੇ ਨਾ ਹੋਏ, ਕਰਦਾਰ ਮੈਲਾ ਨਾ ਹੋਇਆ, ਫਿਰ ਵਾਰ ਵਾਰ ਸੰਧਿਆ ਪ੍ਰਾਤ ਇਸ਼ਨਾਨ ਕਰਾਈ, ਜਿਉਂ ਪੈ ਦਾਦਰ ਪਾਣੀ ਮਾਹੀ। ਜਿਸ ਤਰ੍ਹਾਂ ਪਾਣੀ ਦੇ ਵਿੱਚ ਡੱਡੂ ਸਵੇਰੇ ਸ਼ਾਮ ਰਹਿ ਕੇ ਚੁਬੀਆਂ ਲਾਉਂਦਾ, ਇਸ ਤਰ੍ਹਾਂ ਹੀ ਬੰਦਾ ਕਦੀ ਉੱਥੇ ਨਹਾਉਂਦਾ ਕਦੀ ਉੱਥੇ ਨਹਾਉਂਦਾ। ਆਖੋ ਵਾਹਿਗੁਰੂ। ਗੱਜ ਕੇ ਬੋਲੋ। ਚਰਨ ਰਹੇ ਕਰ ਢਰਕ ਪਏ ਹੈ, ਮੁੱਖੋਂ ਨਾ ਨਿਕਸੇ ਬਾਤਾ, ਜਿਹਦਾ ਭੋਗ ਪੈ ਗਿਆ ਉਹਦੀ ਕਹਾਣੀ ਜੇ ਮੁੱਖੋਂ ਨਾ, ਫਿਰ ਬੜੀਆਂ ਕਹਾਣੀਆਂ ਨਹੀਂ ਜੇ ਆਉਂਦੀਆਂ, ਫਿਰ ਦੇ ਚੁੱਪ ਹੋ ਗਿਆ, ਪਤਾ ਲੱਗ ਗਿਆ ਵੀ ਥਾਕੇ ਪੰਚ ਦੂਤ ਸਭ ਤਸਕਰ, ਸਾਰੇ ਚੋਰ ਸਾਰੇ ਪੰਜ ਹੁਣ ਥੱਕ ਚੁੱਕੇ ਨੇ, ਕਿਹਦੇ ਜਿਹਦੀ ਅਵਸਥਾ ਬਣ ਗਈ, ਬੜੇ ਖੰਨਿਆ ਕਿੱਧਰ ਚਲੇ ਗਏ। ਆਖੋ ਵਾਹਿਗੁਰੂ।
ਉਹਦੇ ਪੰਜ ਦੂਤ ਤਸਕਰ ਸਭ ਥੱਕ ਗਏ ਹੁਣ, ਬਹਿ ਗਏ ਆਰਾਮ ਨਾਲ, ਆਖੋ ਵਾਹਿਗੁਰੂ। ਆਪ ਆਪਣੇ ਭਰਮ 'ਤੇ, ਜਿਹੜੇ ਆਪਣੇ ਆਪ ਭੱਜੇ ਫਿਰਦੇ ਭਰਮਦੇ ਫਿਰਦੇ ਸੀ ਨਾ, ਹੁਣ ਥੱਕ ਕੇ ਆਰਾਮ ਨਾਲ ਬਹਿ ਗਏ। ਥਾਕਾ ਮਨ ਕੁੰਚਰ ਔਰ ਥਾਕਾ, ਅੰਦਰ ਜਿਹੜਾ ਹਾਥੀ ਬਣ ਕੇ ਬੈਠਾ ਸੀ ਨਾ ਮੈਂ, ਉਹ ਹਾਥੀ ਵੀ ਹੁਣ ਤੇਜ ਸਬੂਤ ਧਰ ਰਮ 'ਤੇ, ਸਾਰਾ ਸਬੂਤ ਵੀ ਜਿਹੜਾ ਸੀ ਇੱਧਰ ਨੂੰ ਖਿੱਚੀ ਫਿਰਦਾ, ਰਮਤਾ ਮੈਨੇ ਜਾਣਾ, ਆਖੋ ਵਾਹਿਗੁਰੂ। ਉਹ ਸਾਰਾ ਕੁਝ ਮੁੱਕ ਗਿਆ ਹੁਣ, ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ 'ਤੇ ਚੂਕਿਓ, ਅੱਗੋਂ ਪੜੋ ਘਰ ਬੈਠੋ ਕਿਤੇ ਅਰਦਾਸ ਕਰਿਓ। ਮੈਂ ਨਹੀਂ ਕਹਿੰਦਾ ਗੁਰੂ ਤੋਂ ਬਿਨਾਂ ਕਿਸੇ ਨੂੰ ਵੇਖੋ, ਮਗਰ ਇਹ ਵੀ ਅਰਦਾਸ ਕਰਿਓ, ਕਦੀ ਇਹੋ ਜਿਹਾ ਸਰੀਰ ਮੈਨੂੰ ਜ਼ਿੰਦਗੀ 'ਚ ਵਿਖਾ ਦੇ ਜਿਹਦਾ ਮਨ ਵਿਸ਼ਰਾਮ ਕਰ ਬੈਠਾ ਹੋਵੇ। ਸਰੀਰ ਨਹੀਂ, ਮੈਂ ਸਰੀਰ ਕਰਕੇ ਚੌਂਕੜੇ ਵੱਜੇ ਤੇ ਲੋਕਾਂ ਦੇ ਵੇਖੇ, ਮਨ ਕਿੱਥੇ ਕਿਸੇ ਦਾ ਖਲੋਂਦਾ ਹੈ, ਆਖੋ ਵਾਹਿਗੁਰੂ। ਅਗਲੀ ਤੁੱਕ ਵਿੱਚ ਪਿੱਛੇ ਭੋਗ ਪਾਉਂਦੇ ਆ, ਮ੍ਰਿਤਕ ਭੈ ਦਸੇ ਬੰਦ ਛੁੱਟੇ, ਮਰਗੇ ਨੇ ਦਸੇ ਗਿਆਨ ਅਤੇ ਕਰਮ ਇੰਦਰੀਆਂ ਵੀ ਹੁਣ ਕੁਛ ਖਬਰ ਨਹੀਂ ਦਿੰਦੀਆਂ। ਮ੍ਰਿਤ ਭਾਈ ਭਾਈ ਸਭ ਛੋਰੇ, ਮਿੱਤਰ ਭਾਈ ਸਭ ਛੋਰੇ, ਮਿੱਤਰ ਭਰਾ ਸਭ ਛੁੱਟ ਗਏ, ਨਹੀਂ ਜਾਂਦਾ ਕਿਸੇ ਦੇ ਘਰ। ਇੱਕ ਮਿੰਟ ਰਹਿ ਗਿਆ ਬਸ, ਆਖੋ ਵਾਹਿਗੁਰੂ। ਉੱਤੇ ਹੋ ਗਿਆ ਸਗੋਂ ਮਿੱਤਰ ਭਾ, ਜਦੋਂ ਇਹੋ ਜਿਹੀ ਅਵਸਥਾ ਬਣ ਜਾਏ ਨਾ, ਅਤੇ ਭਰਾ ਦੇ ਮੁੰਡੇ ਦੇ ਵਿਆਹ ਦੇ ਵਿੱਚ ਜਾ ਕੇ ਭੰਗੜੇ ਨਹੀਂ ਪਾਉਂਦਾ, ਬਹਿ ਗਿਆ ਆਰਾਮ ਨਾਲ, ਆਖੋ ਵਾਹਿਗੁਰੂ। ਮਿੱਤਰ ਭਾਈ ਸਭ ਛੋਰੇ ਛੁੱਟ ਗਏ, ਕਹਿਤ ਕਬੀਰਾ ਜੋ ਹਰ ਨਾ ਹਰ ਧਿਆਵੈ, ਕਹਿਤ ਕਬੀਰਾ ਜੋ ਹਰ ਧਿਆਵੈ। ਆ ਸੁਣਿਓ ਹੁਣ ਮਰਨ ਤੋਂ ਬਾਅਦ ਨਹੀਂ, ਜੀਵਤ ਬੰਧਨ ਤੋਰੇ, ਬੋਲੋ ਹਾਂ। ਹੁਣ ਮਰਨ ਦੀ ਕੋਈ ਕਹਾਣੀ ਨਹੀਂ ਇੱਥੇ ਆਈ, ਜਿਉਂਦਾ ਹੀ ਬੰਧਨ ਤੋੜ ਗਿਆ। ਇਹ ਸਾਰਾ ਸ਼ਬਦ ਉਹਦੇ 'ਤੇ ਉਚਾਰਿਆ ਹੈ, ਨਾ ਕਿ ਕਿਸੇ ਦੇ ਪੂਰੇ ਹੋਣ ਦੇ ਉੱਤੇ, ਮਰਨ ਦੇ ਉੱਤੇ। ਬਾ ਕਿਸ ਕਬੀ ਮਸਕੀਨ ਸਾਹਿਬ ਦੀ ਅੱਤ ਇੱਜ਼ਤ ਕਰਦਾ ਅਤੇ ਕਰਦਾ ਰੂ ਮਰਦੇ ਦਮ ਤੱਕ ਉਹਦੀ ਵਿਦਵਤਾ ਦੀ। ਭਾਈ ਜਸਵੀਰ ਸਿੰਘ ਦਾ ਕਿਤੇ ਨਾ ਕਿਤੇ ਰੋਜ਼ ਜ਼ਿਕਰ ਕਰਦਾ ਵੀ ਉਹਨੇ ਆਪ ਜਪਿਆ ਅਤੇ ਲੋਕਾਂ ਨੂੰ, ਮਗਰ ਇਹ ਸ਼ਬਦ ਉਹਨਾਂ ਲਈ ਪੜ੍ਹਨ ਵਾਲੇ ਨਹੀਂ ਗਏ। ਇਹ ਸ਼ਬਦ 'ਤੇ ਕਦੀ ਕਿਤੇ ਕੋਈ ਅਰਦਾਸ ਕਰਿਓ, ਕੋਈ ਮਿਲ ਜਾਏ ਇਹੋ ਜਿਹਾ ਜਿਹਦਾ ਸਾਰੇ ਬੰਧਨ ਟੁੱਟ ਗਏ ਹੋਣ, ਅਤੇ ਜਿਹੜਾ ਘੜੀ ਮੁੜੀ ਆਪਣੀਆਂ ਮੁੱਛਾਂ ਨੂੰ ਵੀ ਐਂ ਕਰਦਾ ਹੈ, ਸਮਝ ਲਓ ਜਿਉਂਦਾ ਹੈ। ਜਿਹੜਾ ਚਾਤਰੀ ਨਾਲ ਮੂੰਹ ਬਣਾ ਬਣਾ ਕੇ ਗੱਲਾਂ ਕਰਦਾ, ਸਮਝ ਲਓ ਜਿਉਂਦਾ ਹੈ। ਗੁਰੂ ਭਲਾ ਕਰੇ ਜੀ, ਸਵੇਰ ਦੇ ਦਿਮਾਗ ਸੰਪੂਰਨ ਹੋ ਗਏ ਨੇ ਮੇਰੇ, ਰਹਿੰਦੇ ਸਵਾਸਾਂ ਵਿੱਚ ਮੇਰੇ ਸਤਿਗੁਰੂ ਨੇ ਫਿਰ ਬੁਲਾਇਆ, ਆਪ ਜੀ ਦੇ ਦਰਸ਼ਨ ਦੀਦਾਰ ਹੋਣਗੇ। ਰਾਤ ਦਾ ਇੱਕ ਦੀਵਾਨ ਆ ਉਹ ਰਹਿ ਗਿਆ, ਅੱਧਾ ਸ਼ਬਦ ਅਜੇ, ਕਿਹੜਾ? ਜੋ ਹਮ ਮਾਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਵਾਧੇ, ਆਪਣੇ ਛੁੱਟਣ ਕੋ ਯਤਨ ਕਰੋ, ਹਮ ਛੁੱਟੇ ਤੁਮ। ਇਹ ਰਾਤੀ ਸ਼ਬਦ ਥੋੜ੍ਹਾ ਜਿਹਾ ਅਜੇ ਕੀਤਾ ਹੈ ਅਤੇ ਅੱਜ ਪੂਰਾ ਉੱਥੇ ਕਰਨਾ। ਆਇਓ ਆਪ ਵੀ, ਹੋਰਨਾਂ ਨੂੰ ਪ੍ਰੇਰ ਕੇ ਲਿਆਇਓ ਜੀ, ਮੇਰੀਆਂ ਭੁੱਲਾਂ ਨਾ ਚਿਤਾਰਿਓ। ਸਾਕਸ਼ਾਤ ਰੱਬ ਰੂਪ ਸੰਗਤ ਬੈਠੀ ਅਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠੇ ਨੇ, ਅਣਜਾਣਾ ਸੇਵਕ ਜਾਣ ਕੇ ਮੁਆਫ ਕਰ ਦਿਓ। ਤੁਹਾਡੀ ਅਸੀਸ ਮੈਨੂੰ ਆਉਣ ਵਾਲਾ ਰਸਤਾ ਵਿਖਾਊਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।